ਸਾਰੀਆਂ ਫਸਲਾਂ ਦੀ ਐਮਐਸਪੀ ਦਿੱਤੀ ਜਾਵੇ ਜੀ ਤਾਂ ਐਮਐਸਪੀ ਦੇਣ ਦਾ ਮਤਲਬ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਇਹਦਾ ਭਾਵ ਇਹ ਨਹੀਂ ਹੈਗਾ ਕਿ ਸਰਕਾਰ ਨੇ ਸਾਰਾ ਕੁਝ ਖਰੀਦਣਾ ਪਰ ਸਰਕਾਰ ਦੀ ਨਿਗਰਾਨੀ ਦੇ ਵਿੱਚ ਵਿਕਰੀ ਹੋਣੀ ਹੈ ਜੀ ਕਿ ਜਦੋਂ ਇੱਕ ਪੈਦਾ ਕਰਨ ਵਾਲੇ ਨੇ ਇੱਕ ਚੀਜ਼ ਦੇ ਉੱਤੇ 25 ਰੁਪਏ ਲਾਏ ਔਰ ਉਹਦੇ ਤੋਂ ਉਹਦੀ ਉਪਜ ਜਿਹੜੀ ਉਹ ਕੋਈ 5 ਰੁਪਏ ਚ ਮੰਗ ਰਿਹਾ ਜਾਂ ਵੇਚ ਨਹੀਂ ਪੈ ਰਹੀ ਆ ਉਹਨੂੰ ਤਾਂ ਕੀ ਇਹ ਵੀ ਇੱਕ ਮਤਲਬ ਜਿਹੜਾ ਹੈਗਾ ਇੱਕ ਕ੍ਰਾਈਮ ਨਹੀਂ ਹੈ ਜੀ ਸੋ ਇਹਦੇ ਉੱਪਰ ਜੇ ਜੇ ਇਹਦੇ ਉੱਪਰ ਗੱਲ ਚੱਲ ਰਹੀ ਹੈ ਤਾਂ ਇਸ ਗੱਲ ਨੂੰ ਇਹਨਾਂ ਬ੍ਰੈਕਟਾਂ ਦੇ ਵਿੱਚ ਨਹੀਂ ਬੰਨਣਾ ਚਾਹੀਦਾ ਇਸ ਗੱਲ ਦੇ ਉੱਤੇ ਸਗੋਂ ਹੋਰ ਵਿਸਥਾਰ ਦੇ ਵਿੱਚ ਚਰਚਾ ਹੋਣੀ ਚਾਹੀਦੀ ਹੈ ਇਸ ਦਾ ਹੱਲ ਹੋਣਾ ਚਾਹੀਦਾ ਔਰ ਇਹਦਾ ਹੱਲ ਜਿਸ ਤਰ੍ਹਾਂ ਤੁਸੀਂ ਗੱਲ ਕਰ ਹੀ ਚੁੱਕੇ ਹੋ ਵੀ ਜਿਹੜੇ ਇਸ ਤਰ੍ਹਾਂ ਦੇ ਬੈਠ ਕੇ ਕਹਿੰਦੇ ਕਿ ਐਡਾ ਬਜਟ ਹੀ ਨਹੀਂ ਹੈਗਾ ਜਾਇ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਇਹਦਾ ਭਾਵ ਇਹ ਹੈ ਕਿ ਉਹ ਇਸ ਸਮੱਸਿਆ ਦੇ ਨਾਲ ਪਹਿਲੀ ਗੱਲ ਤਾਂ ਜਾਣੋ ਹੀ ਨਹੀਂ ਹੈ ਔਰ ਦੂਸਰੀ ਗੱਲ ਕਿਤੇ ਉਹਨਾਂ ਦੇ ਵਿੱਚ ਵੈਲ ਪਾਵਰ ਵੀ ਨਹੀਂ ਦਿਸਦੀ ਕਿ ਉਹ ਉਹ ਸਮੱਸਿਆ ਦਾ ਹੱਲ ਵਾਲੇ ਪਾਸੇ ਨਹੀਂ ਉਹ ਤਾਂ ਇੱਕ ਮਤਲਬ ਆਪ ਦਾ ਜਿਹੜਾ ਹੈਗਾ ਆਪ ਦਾ ਘੋੜਾ ਦਵਲਣਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਹੋ ਸਕਦਾ ਹੈ ਪਰ ਸਮੱਸਿਆ ਦੱਸ ਲੈਣੀ ਜਿਸ ਤਰ੍ਹਾਂ ਮੰਨ ਲਓ ਕਿ ਕੋਈ ਫਸਲ ਦੀ ਨਿਰਧਾਰਤ ਕੀਮਤ ਜਿਹਨੂੰ ਆਪਾਂ ਕਹਦੇ ਹਈਏ ਕਿ ਉਹਦੇ ਉਪਜ ਪੈਦਾ ਕਰਨ ਦੇ ਖਰਚਿਆਂ ਦੇ ਹਿਸਾਬ ਦੇ ਨਾਲ ਇੱਕ ਮਿਨੀਮਮ ਕੀਮਤ ਨਿਰਧਾਰਤ ਹੋਗੀ ਉਦਾਹਰਨ ਦੇ ਤਰਤੇ ਲੈ ਲਓ ਕਿ ਹਰੀ ਮਿਰਚ ਕਿਸਾਨ ਨੇ ਮੰਡੀ ਦੇ ਵਿੱਚ ਲਗਿਆ ਉਹਦੀ ਜਿਹੜੀ ਪੈਦਾ ਕਰਨ ਦੀ ਕੋਸਟ ਹੈ ਜਿਹੜੀ ਲਾਗਤ ਹੈ ਉਦੇ ਮੁਤਾਬਕ ਇੱਕ ਫਾਰਮੂਲੇ ਦੇ ਮੁਤਾਬਕ ਜਿਸ ਤਰ੍ਹਾਂ ਅੱਜ ਕੱਲ੍ਹ ਸੁਆਮੀ ਨਾਥਨ ਦੇ ਫਾਰਮੂਲੇ ਦੀ ਗੱਲ ਵਿਚਾਰਚਾ ਵੀ ਚੱਲਦੀ ਹੈ ਉਹ ਸਾਰੇ ਮਹਾਰਾਂ ਨੇ ਇਹਨਾਂ ਚੀਜ਼ਾਂ ਨੂੰ ਕੋਸਟ ਕੱਢੀ ਹੁੰਦੀ ਹੈ ਔਰ ਦੇਖੀ ਜਾਂਦੀ ਹੈ ਔਰ ਹਰ ਦੂਜੇ ਤੀਜੇ ਸਾਲ ਉਹਦੇ ਉੱਪਰ ਦੁਬਾਰਾ ਰਿਵਾਈਜ਼ ਹੁੰਦਾ ਹੈ ਕੀਮਤਾਂ ਵਧਣ ਦੇ ਹਿਸਾਬ ਨਾਲ ਹੋਰ ਸਾਰੇ ਕਸੇ ਦੇ ਨਾ ਤਾਂ ਇਹ ਇੱਕ ਇੱਕ ਪ੍ਰੋਸੀਜਰ ਹੈ ਉਸ ਪ੍ਰੋਸੀਜਰ ਦੇ ਵਿੱਚੋਂ ਨਿਕਲ ਕੇ ਇੱਕ ਕੀਮਤ ਆ ਸਕਦੀ ਹੈ ਔਰ ਉਸ ਕੀਮਤ ਦੇ ਉੱਤੇ ਪਹਿਰਾ ਦਿੱਤਾ ਜਾਂਦਾ ਹੈ ਗਲਤ ਨਾ ਹੋਆ ਤੇ ਕਿਸਾਨਾਂ ਦੇ ਚੌਥੇ ਗੇਟ ਦੀ ਜਿਹੜੀ ਮੀਟਿੰਗ ਸੀਗੀ ਜਿਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਵੀ ਬੈਠੇ ਤੇ 5 ਸਾਲਾਂ ਦਾ ਕੋਈ ਕੰਟਰੈਕਟ ਕਰਾਉਣ ਦੀ ਗੱਲ ਚਰਵਾਈ ਸੀ ਐਮਐਸਪੀ ਦੇ ਉੱਤੇ ਉਹ ਉਹ ਫੈਸਲਾ ਕਿਦਾਂ ਸੀਗਾ ਉਹ ਕੀ ਸੀਗਾ ਉਹ ਲੋਕਾਂ ਨੂੰ ਬਾਲੇ ਸੰਗਤ ਨੂੰ ਪਤਾ ਹੀ ਨਹੀਂ ਲੱਗਿਆ ਵੀ ਉਹ ਕੀ ਸੀਗਾ 5 ਸਾਲਾਂ ਦਾ ਕੰਟਰੈਕਟ ਹੋ ਰਿਹਾ ਸੀਗਾ ਐਮਐਸਪੀ ਲਾਗੂ ਹੋ ਰਹੀ ਸੀ ਕੀ ਕੀ ਉਹ ਕਿਰਿਆ ਸੀਗਾ ਉਹ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਜ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਮਾਣ ਹੋਵੇ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਜਾਂ ਕੁਝ ਸਮੇਂ ਤੋਂ ਕਿਸਾਨ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਹਰਿਆਣੇ ਦੀਆਂ ਬਰੂਹਾਂ ਤੇ ਸਾਡੇ ਕਿਸਾਨ ਜਾ ਕੇ ਬੈਠੇ ਹੋਏ ਨੇ ਕੁਝ ਮੰਗਾ ਨੇ ਪਰ ਵਿੱਚੋਂ ਸਭ ਤੋਂ ਖਾਸ ਮੰਗਿਆ ਐਮਐਸਪੀ ਕਿਉਂਕਿ ਜਦੋਂ ਪਹਿਲੀ ਵਾਰ ਕਿਸਾਨ ਦਿੱਲੀ ਗਏ ਨੇ ਤੇ ਉਦੋਂ ਵੀ ਐਮਐਸਪੀ ਦੇ ਉੱਤੇ ਜਿਹੜਾ ਕਾਨੂੰਨ ਬਣਾਉਣ ਦੀ ਗੱਲ ਆ ਬੜਾ ਚਰਚਾ ਦੇ ਵਿੱਚ ਰਿਹਾ ਵਿਸ਼ਾ ਤੇ ਪਰ ਉਦੋਂ ਉਸ ਗੱਲ ਤੋਂ ਜਿੱਥੇ ਬੰਦੀਆਂ ਆਪਾਂ ਕਹਿ ਲਈਏ ਪਿੱਛੇ हट ਗਈਆਂ ਜ ਜੇ ਆਪਾਂ ਕਹਿ ਲਈਏ ਕਿ ਮਸਲਾ ਵਿੱਚ ਰਹਿ ਗਿਆ ਤੇ ਹੁਣ ਦੁਬਾਰਾ ਜਦੋਂ ਕਿਸਾਨ ਗਏ ਨੇ ਤੇ ਸਭ ਤੋਂ ਵੱਧ ਗੂੰਜਣ ਵਾਲਾ ਮੁੱਦਾ ਐਮਐਸਪੀਏ ਤੇ ਬਹੁਤਾਂਤ ਜਿਹੜੇ ਲੋਕ ਬੇਸ਼ੱਕ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਲੋਕ ਵੀ ਨੇ ਉਹਨਾਂ ਨੂੰ ਬੇਸ਼ੱਕ ਕਿਸਾਨ ਆਗੂ ਹਰ ਰੋਜ਼ ਉਥੇ ਸਟੇਜ ਚੱਲਦੀ ਹੈ ਹਰ ਰੋਜ਼ ਸਮਝਾਉਣ ਦੇ ਯਤਨ ਕੀਤੇ ਜਾਂਦੇ ਆ ਪਰ ਬਹੁਤਾਂਤ ਲੋਕ ਅਜੇ ਵੀ ਹੈਗੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਦੇਸ਼ ਦੇ ਵਿੱਚ ਜਿਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਐਮਐਸਪੀ ਹੈ ਕੀ ਐਮਐਸਪੀ ਨੇ ਕੰਮ ਕਿਸ ਤਰੀਕੇ ਦੇ ਨਾਲ ਕਰਨਾ ਇਹ ਸਾਰੇ ਮਸਲੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਬੜੇ ਸਤਿਕਾਰਯੋਗ ਡਾਕਟਰ ਹਰਿੰਦਰ ਸਿੰਘ ਜੀ ਜੀਰਾ ਸਾਡੇ ਨਾਲ ਬਣੇ ਹੋਏ ਨੇ ਇਹਨਾਂ ਦੇ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਐਮਐਸਪੀ ਹੈ ਕਿ ਤੇ ਇਹਨੇ ਆਪਣਾ ਕੰਮ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਕਰਨਾ ਜੇਕਰ ਐਮਐਸਪੀ ਲਾਗੂ ਹੋ ਜਾਂਦੀ ਹੈ ਕਣਕ ਤੇ ਝੋਨੇ ਦੇ ਉੱਤੇ ਜਿਹੜੀ ਐਮਐਸਪੀ ਲਾਗੂ ਆ ਉਹ ਹੈਗੀ ਆ ਇਸ ਮਸਲੇ ਦੇ ਉੱਤੇ ਵੀ ਗੱਲਬਾਤ ਵੀ ਕਰਾਂਗੇ ਵੀ ਕਿ ਉਹ ਕਿਸ ਤਰੀਕੇ ਦੇ ਨਾਲ ਆਪਣਾ ਕੰਮ ਜਿਹੜਾ ਹੈਗਾ ਕਰ ਰਹੀ ਹੈ ਸਭ ਤੋਂ ਪਹਿਲਾਂ ਚੈਨਲ ਦੇ ਉੱਤੇ ਸਵਾਗਤ ਕਰ ਲੈਣੇ ਆ ਡਾਕਟਰ ਸਵਾਗਤ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਇੱਥੋਂ ਹੀ ਕਰੀਏ ਜੀ ਕਿਉਂਕਿ ਪੰਜਾਬ ਦੇ ਬੱਚੇ-ਬੱਚੇ ਦਾ ਧਿਆਨ ਅੱਜ ਇਸ ਚੀਜ਼ ਤੇ ਆ ਕਿ ਐਮ ਐਸਪੀ ਦੇ ਲਈ ਕਿਸਾਨ ਲੜਾਈ ਲੜ ਰਹੇ ਹੋ ਪਰ ਮੈਂ ਦੇਖਿਆ ਇੱਕ ਨਿੱਜੀ ਚੈਨਲ ਦੀ ਜਿਹੜੀ ਐਂਕਰ ਆ ਭੈਣ ਸਾਡੀ ਉਥੇ ਜਾ ਕੇ ਬਾਰਡਰ ਦੇ ਉੱਤੇ ਵੀ ਕਿਸਾਨਾਂ ਨੂੰ ਪੁੱਛਦੀ ਵੀ ਕੀ ਐ ਐਮਐਸਪੀ ਤੇ ਬਹੁਤ ਤਾਂਤ ਜਿਹੜੇ ਕਿਸਾਨ ਆ ਉਸ ਭੈਣ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਪਾਉਂਦੇ ਹਾਲਾਂਕਿ ਉਹਨਾਂ ਨੂੰ ਇਹ ਤਾਂ ਪਤਾ ਹੈ ਕਿ ਸਾਡਾ ਫਾਇਦਾ ਇਹਦੇ ਵਿੱਚ ਸਾਡਾ ਨੁਕਸਾਨ ਇਹਦੇ ਵਿੱਚ ਤੇ ਉਹ ਤਾਂ ਹੀ ਜਾ ਕੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਆ ਸਰਕਾਰ ਦੇ ਵਾਰ ਵੀ ਚੱਲ ਰਹੇ ਆ ਜਾਣਾਂ ਵੀ ਗਈਆਂ ਨੇ ਸਭ ਕੁਝ ਹੋ ਰਿਹਾ ਪਰ ਐਮਐਸਪੀ ਹੈ ਕੀ ਇਹ ਪਹਿਲੀ ਸ਼ੁਰੂਆਤ ਇੱਥੋਂ ਬਿਲਕੁਲ ਜਸਵੀਰ ਜੀ ਇਹ ਬਹੁਤ ਬਹੁਤ ਅਹਿਮ ਵਿਸ਼ਾ ਹੈ ਔਰ ਇਹਦੇ ਤੇ ਵਾਕਿਆ ਰੂਪ ਦੇ ਵਿੱਚ ਹੀ ਇੱਕ ਬੜੀ ਡਿਟੇਲਡ ਡਿਸਕਸ਼ਨ ਹੋ ਕੇ ਖੁੱਲੀ ਵਿਸਤਾਰਤ ਚਰਚਾ ਹੋ ਕੇ ਸਾਡੇ ਆਮ ਕਿਸਾਨ ਦੇ ਕਿਸਾਨ ਦੇ ਧੀਆ ਪੁੱਤਾਂ ਦੇ ਕਿਸਾਨ ਦੇ ਪਰਿਵਾਰ ਦੀ ਸਮਝ ਦੇ ਵਿੱਚ ਹੋਣੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਕੁਝ ਲੋਕ ਜਾ ਕੇ ਜੇ ਇਸ ਤਰ੍ਹਾਂ ਪੁੱਛਦੇ ਹੈ ਤਾਂ ਉਹ ਤਸਵੀਰ ਇਹ ਦਿਖਾਉਂਦੇ ਹੈ ਕਿ ਮੈਂ ਤਾਂ ਜੀ ਉੱਥੇ 10 ਕਿਸਾਨਾਂ ਨੂੰ ਪੁੱਛਿਆ ਬੀ ਐਮ ਐਸ ਪੀ ਕੀ ਹੁੰਦੀ ਹੈ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਔਰ ਪਤਾ ਨਹੀਂ ਦਾ ਭਾਵ ਫਿਰ ਉਹਨਾਂ ਨੇ ਕੋਈ ਇੱਕ ਐਂਗਲ ਦੇਣਾ ਹੁੰਦਾ ਹੈ ਕਿ ਇਹਨਾਂ ਨੂੰ ਤਾਂ ਜੀ ਕਿਸੇ ਨੇ ਕਮਰਾ ਕਰਕੇ ਲਿਆਦਾ ਹੈ ਉਹਨਾਂ ਨੂੰ ਗਿਲਾ ਕੇ ਲੈਂਦਾ ਹੋਇਆ ਸੋ ਤਸਵੀਰ ਹਰ ਇੱਕ ਨੇ ਆਪਣੇ ਐਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਇੱਕ ਚੀਜ਼ ਇਹ ਹੈ ਕਿ ਇਹਦੇ ਵਿੱਚ ਅਸੀਂ ਇਹ ਨਾ ਭੁੱਲੀਏ ਕੀ ਐਮ ਐਸ ਪੀ ਅੰਗਰੇਜ਼ੀ ਦਾ ਸ਼ਬਦ ਹੈ ਜੀ ਇਹ ਪੰਜਾਬੀ ਦਾ ਸ਼ਬਦ ਨਹੀਂ ਸੀਗਾ ਪਹਿਲਾਂ ਤਾਂ ਤਾਂ ਅੰਗਰੇਜ਼ੀ ਦੇ ਸ਼ਬਦ ਦੀ ਪੰਜਾਬ ਦੇ ਕਿਸਾਨ ਨੂੰ ਜਿਹੜੀ ਹੈ ਉਹ ਅਕਸਰ ਸਮਝ ਆਉਣ ਦੇ ਵਿੱਚ ਕੁਝ ਸਮਤ ਲੱਗ ਹੀ ਸਕਦਾ ਹੈ ਇਹ ਉਹਨਾਂ ਭਰਾਵਾਂ ਦੇ ਵਾਸਤੇ ਬੇਨਤੀ ਹੈ ਕਿ ਉਹ ਇਦਾਂ ਦੇ ਨਰੇਟਿਵ ਨਾ ਸਿਰਜਣ ਕਿ ਜੇ ਉੱਥੇ ਖੜੇ ਕਿਸੇ ਕਿਸਾਨ ਨੂੰ ਐਮਐਸਪੀ ਦਾ ਪਤਾ ਨਹੀਂ ਜਾਂ ਉਹ ਜਵਾਬ ਨਹੀਂ ਦੇ ਸਕਿਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਉਹਦੀ ਸੈਂਸ ਨਹੀਂ ਪਤਾ ਜਾਂ ਉਹਦੀ ਅੰਦਰੂਨੀ ਭਾਵਨਾ ਨਹੀਂ ਪਤਾ ਜਾਂ ਉਹਦਾ ਉਹਦਾ ਉਹਦੀ ਜ਼ਿੰਦਗੀ ਦੇ ਨਾਲ ਕਿੱਦਾਂ ਗੂੜਾ ਸਬੰਧ ਹੈ ਉਹਨੂੰ ਇਸ ਗੱਲ ਦਾ ਨਹੀਂ ਪਤਾ ਸੋ ਐਮ ਐਸ ਪੀ ਜਿਹੜਾ ਸ਼ਬਦ ਬਣਿਆ ਹੈਗਾ ਇਹ ਮਿਨੀਮਮ ਸਪੋਰਟ ਪ੍ਰਾਈਸ ਅੰਗਰੇਜ਼ੀ ਦੇ ਸ਼ਬਦ ਤਿੰਨੋਂ ਮਿਨੀਮਮ ਦਾ ਭਾਅ ਹੈ ਘੱਟੋ-ਘੱਟ ਜੀ ਸਪੋਰਟ ਦਾ ਮਤਲਬ ਹੈ ਜਿਹਦੇ ਨਾਲ ਮਤਲਬ ਕੋਈ ਠੱਲ ਪਾਈ ਜਾ ਸਕੇ ਜੀ ਜਿਹੜੀ ਜਿਹਦੀ ਸਪੋਰਟ ਨਹੀਂ ਆਪਾਂ ਕਹਿੰਦੇ ਦੀ ਸਪੋਰਟ ਦੇ ਦਿੱਤੀ ਤੇ ਪ੍ਰਾਈਸ ਦਾ ਮਤਲਬ ਹੈ ਕੀਮਤ ਹਾਂ ਜੀ ਸੋ ਅਸਲ ਦੇ ਵਿੱਚ ਕੀ ਸੀਗਾ ਐਮ ਐਸ ਪੀ ਸ਼ਬਦ ਉਹ ਇਸ ਕਰਕੇ ਉੱਭਰਿਆ ਸੀਗਾ ਕਿ ਕੁਝ ਸਮਾਂ ਉਹਦੋਂ ਕੁਝ ਇਸ ਤਰ੍ਹਾਂ ਦਾ ਸੀਗਾ ਕਿ ਪੂਰੇ ਮੁਲਕ ਦੇ ਵਿੱਚ ਜੀ ਸਾਨੂੰ ਅਨਾਜ ਜਿਹੜਾ ਹੈਗਾ ਉਹ ਹਰ ਜਨ ਸਧਾਰਨ ਤੱਕ ਮੁਹਈਆ ਕਰਾਉਣਾ ਸਰਕਾਰੀ ਤੌਰ ਤੇ ਇੱਕ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ ਲਾਇਬਿਲਟੀ ਹੁੰਦੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜੀ ਕਾਲਾ ਬਜਾਰੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਉਹਨਾਂ ਦਾ ਕਾਲਾ ਬਜਾਰੀ ਕਰਨ ਵਾਲਿਆਂ ਦਾ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੁੰਦਾ ਕਿ ਕੌਣ ਭੁੱਖਾ ਸੌਂਦਾ ਹੈ ਤੇ ਕੌਣ ਰਜ ਕੇ ਸੌਂਦਾ ਹੈ ਬਿਲਕੁਲ ਸੋ ਇਹ ਚੀਜ਼ ਚੱਲੀ ਤਾਂ ਦੂਸਰੇ ਪਾਸੇ ਤੋਂ ਸੀ ਜਦੋਂ ਐਮਐਸਪੀ ਦਾ ਕਲਚਰ ਆਇਆ ਸੀ ਜਾਂ ਇਹ ਲੈ ਕੇ ਆਂਦਾ ਸੀ ਉਦੋਂ ਤਾਂ ਬਲਕਿ ਇਸ ਕਰਕੇ ਲੈਂਦਾ ਸੀਗਾ ਕਿ ਕਾਲਾ ਬਜਾਰੀ ਨੂੰ ਰੋਕਿਆ ਜਾਊਗਾ ਇਸ ਤਰੀਕੇ ਦੇ ਨਾਲ ਬਿਲਕੁਲ ਜਮਾ ਖੋਰੀ ਨੂੰ ਕੋਈ ਠੱਲ ਪਵੇਗੀ ਇਹਦੇ ਨਾਲ ਤੇ ਸਰਕਾਰ ਦੇ ਕੰਟਰੋਲ ਦੇ ਵਿੱਚ ਅਨਾਜ ਦੇ ਭੰਡਾਰ ਹੋਣਗੇ ਜੀ ਸਰਕਾਰ ਖਰੀਦਦਾਰੀ ਕਰ ਲੇਗੀ ਤਾਂ ਉਹ ਮਤਲਬ ਜਿੱਥੇ ਜਦੋਂ ਤੇ ਜਿੰਨੇ ਦੀ ਲੋੜ ਪੈਂਦੀ ਹੈ ਤੇ ਜਿੰਵੇਂ ਲੋੜ ਪੈਂਦੀ ਹੈ ਤਾਂ ਉਹ ਮਹਈਆ ਕਰਾ ਸਕੇਗੀ ਭਾਵ ਕਹਿਣ ਦਾ ਸਾਧਾਰਨ ਲੋਕਾਂ ਨੂੰ ਵੀ ਲੋਡ ਪੈ ਸਕਦੀ ਹੈ ਸਾਡੀਆਂ ਫੋਰਸਸ ਨੂੰ ਵੀ ਲੋਡ ਪੈ ਸਕਦੀ ਹੈ ਕੋਈ ਹਾਲਾਤ ਇਸ ਤਰ੍ਹਾਂ ਦੇ ਬਣ ਸਕਦੇ ਆ ਅਗਲੀ ਫਸਲ ਖਰਾਬ ਹੋ ਸਕਦੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਜਿਹੜਾ ਸੀਗਾ ਉਹ ਇਹਦੇ ਵਿੱਚ ਮਿਲਦਾ ਸੀਗਾ ਤਾਂ ਇਸ ਕਰਕੇ ਉਸ ਅਨਾਜ ਨੂੰ ਚੁੱਕਣ ਦੇ ਲਈ ਜਿਹੜੀ ਇੱਕ ਕੀਮਤ ਨਿਰਧਾਰਤ ਕੀਤੀ ਜਾਂਦੀ ਸੀ ਤਾਂ ਉਹਨੂੰ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਕਿਹਾ ਜਾਂਦਾ ਜਾਂਦਾ ਸੀਗਾ ਜਾਂ ਇਹਨੂੰ ਪੰਜਾਬੀ ਦਾ ਜੇ ਸ਼ਬਦ ਦੇਣਾ ਹੋਵੇ ਤਾਂ ਘੱਟੋ ਘੱਟ ਨਿਰਧਾਰਤ ਕੀਮਤ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਘੱਟੋ ਘੱਟ ਹੁੰਦੀ ਹੈ ਇਹ ਇਹ ਵੱਧ ਤੋਂ ਵੱਧ ਨਹੀਂ ਹੈ ਇੱਕ ਤਾਂ ਇਹ ਸਾਨੂੰ ਹਮੇਸ਼ਾ ਸਮਝ ਬਿਲਕੁਲ ਬਿਲਕੁਲ ਪਰ ਕੀ ਹੋਇਆ ਕਿ ਜਿਵੇਂ ਜਿਵੇਂ ਅ ਵਕਾਲਪੁਰਖ ਦੀ ਕਿਰਪਾ ਸੀ ਤੇ ਕਿਸਾਨ ਦੀ ਮਿਹਨਤ ਸੀ ਤੇ ਅਨਾਜਾਂ ਦੀ ਜਿਹੜੀ ਹੈ ਪ੍ਰੋਡਕਸ਼ਨ ਜਾਂ ਪੈਦਾਵਾਰ ਜਿਹੜੀ ਹੈ ਉਹ ਬਹੁਤ ਆਤ ਹੋਈ ਜੀ ਪੂਰੇ ਮੁਲਕ ਦੇ ਵਿੱਚ ਸਾਡਾ ਪੂਰਾ ਮੁਲਕ ਜਿਹੜਾ ਹੈਗਾ ਉਹ ਆਤਮ ਨਿਰਪਰ ਹੋਇਆ ਅ ਕਈ-ਕਈ ਸਾਲਾਂ ਤੱਕ ਦਾ ਭੰਡਾਰ ਸਾਡੇ ਕੋਲੇ ਮਤਲਬ ਜਿਹੜਾ ਹੈਗਾ ਸੇਫ ਰਹਿਣ ਲੱਗ ਗਿਆ ਤੇ ਅਸੀਂ ਉਹਦੇ ਭੰਡਾਰਨ ਕਰਕੇ ਉਹ ਪੈਦਾਵਾਰ ਕਰਕੇ ਕਿਸਾਨ ਨੇ ਪੈਦਾਵਾਰ ਕੀਤੀ ਸਰਕਾਰਾਂ ਨੇ ਉਹਨੂੰ ਸੰਭਾਲਿਆ ਉਹਨੂੰ ਜਗ੍ਹਾ-ਜਗ੍ਹਾ ਤੇ ਪਹੁੰਚਾਇਆ ਬੇਸ਼ੱਕ ਜਿਹੜਾ ਇੱਕ ਕਰਪਸ਼ਨ ਦਾ ਚੂਹਾ ਉਨੇ ਵੀ ਮਤਲਬ ਕੋਈ ਕਸਰ ਨਹੀਂ ਛੱਡੀ ਇਸ ਸਿਸਟਮ ਦੇ ਵਿੱਚ ਅਸੀਂ ਦੇਖਦੇ ਹੀ ਆ ਪਰ ਫਿਰ ਵੀ ਕਿਸਾਨ ਦੀ ਮਿਹਨਤ ਨੇ ਉਹ ਐਡੇ ਅੰਬਾਰ ਖੜੇ ਕਰ ਦਿੱਤੇ ਕਿ ਮਤਲਬ ਸਾਹਿਬ ਮੇਰੇ ਇਸ ਮੁਲਕ ਦਾ ਇੱਕ ਵੀ ਬਚਨਿੰਦਾ ਜਿਹੜਾ ਹੈਗਾ ਉਹ ਕਦੇ ਭੁੱਖਾ ਨਹੀਂ ਸੁੱਤਾ ਹੋਏਗਾ ਮਤਲਬ ਜੇ ਕਿਤੇ ਕੋਈ ਸਾਡੇ ਪ੍ਰਬੰਧ ਦੇ ਵਿੱਚ ਕਮੀ ਨਾ ਰਹਿ ਗਈ ਹੋਵੇ ਤਾਂ ਸੋ ਇਹ ਸੀ ਅਸਲ ਦੇ ਵਿੱਚ ਗੱਲ ਔਰ ਇਹ ਜਦੋਂ ਸ਼ੁਰੂ ਹੋਈ ਸੀ ਤਾਂ ਇਹ ਕਿਉਂਕਿ ਪੂਰੇ ਮੁਲਕ ਦੇ ਵਿੱਚ ਨਹੀਂ ਸੀ ਇਸ ਕਰਕੇ ਉਤਰੀ ਭਾਰਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਕਿਉਂਕਿ ਵੱਡੇ ਲੈਵਲ ਤੇ ਅਨਾਜ ਜਿਹੜੇ ਇੱਥੇ ਪੈਦਾ ਹੁੰਦੇ ਸੀ ਔਰ ਇੱਥੇ ਫਿਰ ਜਿਹੜੇ ਦੋ ਅਨਾਜ ਦੀਆਂ ਮੁੱਖ ਫਸਲਾਂ ਕਣਕ ਤੇ ਝੋਨਾ ਇਹੀ ਕਾਰਨ ਸੀਗਾ ਕਿ ਝੋਨਾ ਸਾਡੇ ਵੱਧ ਗਿਆ ਝੋਨੇ ਨੇ ਰਕਬਾ ਜਿਹੜਾ ਹੈਗਾ ਤੁਸੀਂ ਮਤਲਬ ਬੜਾ ਇਹਦਾ ਬੜਾ ਸਪਸ਼ਟ ਰੂਪ ਦੇ ਵਿੱਚ ਅਜੇ ਤਾਂ ਉਹ ਲੋਕ ਬੈਠੇ ਨੇ ਜਿਹੜੇ ਜਿਨ੍ਹਾਂ ਨੂੰ ਖੁਦ ਪਤਾ ਹੈ ਕਿ ਸਾਡੇ ਪੂਰੇ ਪਿੰਡ ਦਾ ਮਤਲਬ ਹੈ ਜ ਤੋ 30 ਸਾਲ 25 ਸਾਲ 40 ਸਾਲ ਪਹਿਲਾਂ ਮਤਲਬ ਕੁਛਕ ਵੀ ਏਰੀਆ ਨਹੀਂ ਹੁੰਦਾ ਸੀ ਜਿੱਦੇ ਚ ਝੋਨਾ ਲੱਗਦਾ ਔਰ ਅੱਜ ਕੋਈ ਜਗ੍ਹਾ ਹੀ ਨਹੀਂ ਬਚੀ ਹੋਈ ਜਿੱਥੇ ਝੋਨਾ ਨਹੀਂ ਲੱਗ ਰਿਹਾ ਸੋ ਮਤਲਬ ਇਹ ਚੀਜ਼ ਅੱਗੇ ਦੀ ਅੱਗੇ ਵੱਧ ਗਈ ਔਰ ਇਹਦੇ ਵਿੱਚ ਇੱਕ ਆਸਾਨੀ ਵੀ ਮਿਲੀ ਕਿਸਾਨ ਨੂੰ ਕਿਉਂਕਿ ਸਾਡਾ ਪੂਰਾ ਮੰਡੀਕਰਨ ਪ੍ਰਬੰਧ ਉਸੇ ਤਰੀਕੇ ਨਾਲ ਡਿਵੈਲਪ ਹੋਇਆ ਔਰ ਉਹ ਡਿਵੈਲਪ ਹੋਇਆ ਮੰਡੀਆਂ ਬਣੀਆਂ ਮੰਡੀ ਦੇ ਵਿੱਚ ਉਹ ਪ੍ਰਬੰਧ ਸੀਗਾ ਸਰਕਾਰੀ ਅਧਿਕਾਰੀਆਂ ਦਾ ਪ੍ਰਬੰਧ ਉਹਨਾਂ ਨੂੰ ਲਿਫਟਿੰਗ ਦਾ ਪ੍ਰਬੰਧ ਤੇ ਦੇਮਨਾ ਸਟੋਰ ਕਰਨ ਦਾ ਪ੍ਰਬੰਧ ਉਪਰੋਂ ਜਿਹੜੀ ਨੂੰ ਆਪਾਂ ਲਿਮਟ ਅੱਜਕੱਲ ਜਿਹੜੀ ਖਾਸ ਤੌਰ ਤੇ ਕਿਸਾਨਾਂ ਦੇ ਵਿੱਚ ਗੱਲ ਚੱਲਦੀ ਹੈ ਕਿ ਕੇਂਦਰ ਇੰਨੀ ਲਿਮਟ ਸੈਂਕਸ਼ਨ ਕਰਦਾ ਹੈ ਭਾਵੇਂ ਕਿ ਇੱਕ ਅੰਦਾਜ਼ਨ ਕੀਮਤ ਜਿਹੜੀ ਸੀਗੀ ਉਹ ਮਹਗਿਆ ਕਰਵਾਈ ਜਾਂਦੀ ਸੀ ਔਰ ਲਿਫਟ ਕੀਤਾ ਜਾਂਦਾ ਸੀ ਸੋ ਇਹ ਪ੍ਰਕਿਰਿਆ ਜਿਹੜੀ ਹੈਗੀ ਹੈ ਇਹਨੇ ਕਿਸਾਨੀ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਤਲਬ ਜਿੱਥੇ ਜਮਾ ਖੋਰੀ ਤੋਂ ਬਚਿਆ ਸਾਰਾ ਆਵਾਮ ਤਾਂ ਉੱਥੇ ਇੱਕ ਕਿਸਾਨ ਨੂੰ ਵੀ ਹਲਾਰਾ ਮਿਲਿਆ ਇਸ ਗੱਲ ਦਾ ਔਰ ਉਹਦੀ ਉਹ ਉਹਦੀ ਆਮਦਨ ਜਿਹੜੀ ਸੀਗੀ ਤੇ ਜਿਹੜੀ ਵਟਤ ਕਹਿ ਲਈਏ ਤਾਂ ਉਹ ਇੱਕ ਮਤਲਬ ਨਿਯਮਤ ਹੋ ਜਾਂਦੀ ਸੀ ਤੇ ਉਹਦਾ ਫਾਇਦਾ ਹੋਇਆ ਹੁਣ ਗੱਲ ਆ ਜਾਂਦੀ ਹੈ ਕਿ ਜਿੱਥੇ ਅੱਜ ਐਮਐਸਪੀ ਲਿਆ ਕੇ ਖੜੀ ਕਰ ਲਈ ਗਈ ਹੈ ਜਾਂ ਜਿੱਥੇ ਅੱਜ ਖੜੀ ਹੋ ਗਈ ਹੈ ਸੋ ਇੱਥੇ ਇੱਕ ਸਵਾਲ ਜਿਹੜਾ ਹੈਗਾ ਕਈ ਤਰ੍ਹਾਂ ਦੇ ਮਤਲਬ ਜਿਹੜੇ ਇਹਨੂੰ ਆਪਣੇ ਆਪਣੇ ਐਂਗਲ ਤੋਂ ਆਪਣੇ ਸੋਚਨ ਦੇ ਨਜ਼ਰੀਏ ਤੋਂ ਜਾਂ ਆਪਣੇ ਆਪਣੇ ਪੱਖ ਤੋਂ ਕਹੋ ਕਿ ਮਤਲਬ ਜਿਨ੍ਹਾਂ ਨੇ ਕਿਸੇ ਨੇ ਕੁਝ ਹੋਰ ਪੱਖ ਦਿਖਾਉਣਾ ਹੁੰਦਾ ਉਹ ਉਹ ਤਸਵੀਰ ਨੂੰ ਉਸ ਤਰੀਕੇ ਨਾਲ ਕਰਕੇ ਦਿਖਾਉਂਦੇ ਆ ਤਾਂ ਦੋ ਤਿੰਨ ਗੱਲਾਂ ਜਿਹੜੀਆਂ ਐਮਐਸਪੀ ਦੇ ਮਾਮਲੇ ਦੇ ਵਿੱਚ ਜਿਹੜੀਆਂ ਉੱਭਰ ਕੇ ਆ ਰਹੀਆਂ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਉੱਭਰ ਕੇ ਆ ਰਹੀ ਹੈ ਕਿ ਐਮਐਸਪੀ ਦਾ ਭਾਅ ਇਹ ਮੰਨਿਆ ਜਾ ਰਿਹਾ ਹੈ ਵੀ ਜਿਵੇਂ ਕਿ ਸਰਕਾਰ ਨੇ ਜਿੰਨਾ ਜਿੰਨਾ ਚੀਜ਼ਾਂ ਦੇ ਉੱਤੇ ਐਮਐਸਪੀ ਨਿਰਧਾਰਤ ਕਰਤੀ ਤਾਂ ਉਹਨਾਂ ਦਾ ਸਾਰੀ ਉਪਜ ਜਿਹੜੀ ਹੈ ਜਿਵੇਂ ਸਰਕਾਰ ਨੇ ਖਰੀਦ ਲੈਣੀ ਹੁੰਦੀ ਤੁਸੀਂ ਦੇਖਿਆ ਹੋਣਾ ਕਿ ਸਾਲਕ ਪਹਿਲਾਂ ਦੀ ਗੱਲ ਹੀ ਐ ਇਸ ਵਾਰੀ ਤਾਂ ਫੇਰ ਮਾਨ ਸਾਹਿਬ ਪਤਾ ਨਹੀਂ ਭੁੱਲ ਗਏ ਤੇ ਪਤਾ ਨਹੀਂ ਕੋਈ ਕੋੜਾ ਤਜਰਬਾ ਹੋ ਗਿਆ ਇੱਕ ਮੂੰਗੀ ਦੇ ਉੱਪਰ ਸਪੋਰਟ ਦਿੱਤੀ ਸੀਗੀ ਪੰਜਾਬ ਦੀ ਸਰਕਾਰ ਨੇ ਤਾਂ ਉਹ ਮੂੰਗੀ ਵੇਚੀ ਤਾਂ ਸਰਕਾਰ ਨੇ ਨਹੀਂ ਹੈ ਉਹ ਮੂੰਗੀ ਦੇ ਉੱਪਰ ਇੱਕ ਕੀਮਤ ਦੇ ਦਿੱਤੀ ਜੇਕ ਸਪੋਰਟ ਦੇ ਦਿੱਤੀ ਤਾਂ ਕਿ ਕਿਸਾਨ ਉਤਸ਼ਾਹਤ ਹੋ ਕੇ ਜਿਹੜਾ ਉਹਦੇ ਵਿੱਚ ਉਹਦਾ ਕੋਈ ਨਫਾ ਨੁਕਸਾਨ ਹੈ ਉਹਨੂੰ ਥੋੜਾ ਜਿਹਾ ਬੈਲੈਂਸ ਕਰ ਲਿਆ ਜਾਵੇ। ਜੀ। ਸੋ ਇਸੇ ਤਰੀਕੇ ਨਾਲ ਜਿਹੜਾ ਇਹ ਦਿਖਾਇਆ ਜਾ ਰਿਹਾ ਹੈ ਕਿ ਐਮਐਸਪੀ ਦੇਣ ਦਾ ਭਾਵ ਸ਼ਾਇਦ ਇਹ ਹੋ ਜਾਂਦਾ ਹੈ ਕਿ ਜਿੰਨੀਆਂ ਫਸਲਾਂ ਦੇ ਉੱਪਰ ਐਮਐਸਪੀ ਦੇ ਦਿੱਤੀ ਗਈ ਉਹ ਸਾਰੀਆਂ ਦੀਆਂ ਸਾਰੀਆਂ ਫਸਲਾਂ ਦੀਆਂ ਸਾਰੀ ਉਪਜ ਜਿਹੜੀ ਹੈ ਉਹ ਸਰਕਾਰ ਨੇ ਜਿਵੇਂ ਖਰੀਦ ਕੇ ਹਾਰ ਦੇ ਘਰੇ ਰੱਖਣੀ ਹੁੰਦੀ ਹੈ ਤੇ ਸਰਕਾਰ ਦੀ ਖਰੀਦਣਾ ਮਜਬੂਰੀ ਕੋਈ ਜਿਵੇਂ ਭਾਜੀਪੀ ਦੇ ਕਈ ਨੇਤਾ ਡਿਬੇਟਾਂ ਵਿੱਚ ਬਹਿ ਕੇ ਕਹਿ ਰਹੇ ਕਿ ਇੱਦਾਂ ਵੱਡਾ ਬਸਟ ਹੀ ਨਹੀਂ ਹੈਗਾ ਕਿ ਐਮਐਸਪੀ ਦੇ ਦਿੱਤੀ ਉਹ ਫਿਰ ਆਪਣਾ ਆਪਣਾ ਤਰੀਕਾ ਦਿਖਾਉਣ ਦਾ ਜਾਂ ਇਹ ਕਹ ਲੋ ਕਿ ਗੁੰਮਰਾਹ ਕਰਨ ਦਾ ਜਾਂ ਇਹ ਕਹ ਲਈਏ ਮੈਂ ਤਾਂ ਇਹ ਵੀ ਕਹਿਣਾ ਹੁੰਦਾ ਕਿ ਗੁੰਮਰਾਹ ਕਰਨਾ ਵੀ ਆਪਾਂ ਨੂੰ ਲੱਗਦਾ ਅਸਲ 'ਚ ਆਪਣੀ ਸਮਝ ਨੂੰ ਅੱਗੇ ਹੋਰ ਲੈ ਕੇ ਨਹੀਂ ਜਾਂਦੇ ਕੁਝ ਲੋਕ ਉਹਨਾਂ ਨੂੰ ਜੇ ਕਿਸੇ ਨੇ ਹੁਣ ਉਹਦੇ ਉੱਪਰ ਬੈਠਣਾ ਹੈ ਕੋਈ ਡਿਬੇਟ ਕਰਨੀ ਹੈ ਤਾਂ ਉਹਦੇ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਤਾਂ ਲੈ ਲੋ ਨਾ ਫਿਰ ਤੁਸੀਂ ਉਹਦੇ ਉੱਤੇ ਗੱਲ ਕਰੋ ਸੋ ਇਹ ਜਿਹੜਾ ਹੈਗਾ ਮਤਲਬ ਨੀਮ ਹਕੀਮੀ ਜਿਹੜੀ ਹੈ ਅਧੂਰਾ ਗਿਆਨ ਹੈ ਜਿਹੜਾ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਗੁਮਰਾਹਕੁਨ ਹੋ ਜਾਂਦਾ ਫਿਰ ਸਾਨੂੰ ਮਤਲਬ ਸਾਡੇ ਇਹ ਜਿਹੜੇ ਬੋਲਣ ਵਾਲੇ ਲੋਕ ਹੁੰਦੇ ਫਿਰ ਉਹਨਾਂ ਨੂੰ ਸ਼ਰਮਸਾਰ ਹੋਣਾ ਪੈਂਦਾ ਜਦੋਂ ਮਤਲਬ ਸੋ ਮੈਂ ਇਹ ਕਹਿੰਦਾ ਕਿ ਅਸਲ ਦੇ ਵਿੱਚ ਐਮਐਸਪੀ ਦਾ ਭਾਵ ਅਜਿਹਾ ਕਦਾਚਿਤ ਨਹੀਂ ਹੈ ਐਮਐਸਪੀ ਹਰੇਕ ਚੀਜ਼ ਦੀ ਹੀ ਹੋਣੀ ਚਾਹੀਦੀ ਹੈ ਜੀ ਹਰ ਇੱਕ ਚੀਜ਼ ਦੀ ਹੋਣੀ ਚਾਹੀਦੀ ਹੈ ਕਿਉਂ ਹੋਣੀ ਚਾਹੀਦੀ ਹੈ ਦੇਖੋ ਪੈਦਾ ਕਰਨ ਵਾਲੇ ਨੇ ਜਿਸ ਨੇ ਪੈਦਾ ਕੀਤੀ ਹੈ ਕੋਈ ਚੀਜ਼ ਮੰਨ ਲਓ ਕਿ ਇੱਕ ਕਿਸਾਨ ਨੇ ਇੱਕ ਗੋभी ਲਾਈ ਜਾਂ ਕੋਈ ਹੋਰ ਫਸਲ ਲਾ ਲਓ ਮਿਰਚ ਲਾ ਲਈ ਤਾਂ ਉਹਨੇ ਉਹਦੇ ਉੱਪਰ ਪਹਿਲਾਂ ਆਪਣੇ ਖੇਤ ਦੇ ਵਿੱਚ ਉਹਦੇ ਤੇ ਮਿਹਨਤ ਕੀਤੀ ਹੈ ਖੇਤ ਲਾਇਆ ਉਹਦੇ ਵਾਸਤੇ ਟਾਈਮ ਕੁਝ ਸਮੇਂ ਦਾ ਆਪਣੀ ਮਿਹਨਤ ਹੋ ਗਈ ਉਹਦੇ ਉੱਤੇ ਖਰਚੇ ਕੀਤੇ ਔਰ ਉਹ ਤੋਂ ਬਾਅਦ ਉਹ ਪੈਦਾਵਾਰ ਹੋਈ ਤੇ ਉਹਨੂੰ ਤੋੜ ਕੇ ਉਹੋ ਵਿਚਨ ਵਾਸਤੇ ਚਲਾ ਗਿਆ ਹੁਣ ਜੇਕਰ ਉਥੇ ਕੰਮ ਜਦੋਂ ਜਦੋਂ ਉਹਦੀ ਵਿਕਰੀ ਹੋਣੀ ਹੈ ਜੇ ਉਥੇ ਕੋਈ ਕੰਟਰੋਲ ਹੀ ਨਾ ਹੈ ਜਿਵੇਂ ਕਿ ਅਕਸਰ ਵਾਪਰ ਰਿਹਾ ਹੈ ਖਾਸ ਤੌਰ ਤੇ ਮਤਲਬ ਜਿਹੜਾ ਜਿਹੜੀਆਂ ਛੇਤੀ ਖਰਾਬ ਹੋ ਜਾਣ ਵਾਲੀਆਂ ਉਪਜਾਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਹਰੀਆਂ ਸਬਜ਼ੀਆਂ ਵਗੈਰਾ ਜਾਂ ਇਸ ਤਰ੍ਹਾਂ ਦੇ ਅਨਾਜ ਮਤਲਬ ਜਿਹੜੇ ਹੁੰਦੇ ਨੇ ਕੁਝ ਤਾਂ ਉਥੇ ਇਹ ਵਾਪਰਦਾ ਕਿ ਉਹ ਮਤਲਬ ਜਦੋਂ ਹੀ ਮਾਰਕੀਟ ਦੇ ਵਿੱਚ ਆਉਂਦੇ ਨੇ ਤਾਂ ਉਹ ਕੌਡੀਆਂ ਦੇ ਪਾ ਮਤਲਬ ਵਿਕਣੇ ਸ਼ੁਰੂ ਹੋ ਜਾਂਦੇ ਸੋ ਸੋ ਇਹ ਸਮੱਸਿਆ ਜਿਹੜੀ ਹੈ ਇਹ ਸਮੱਸਿਆ ਸਾਡੇ ਵਾਸਤੇ ਇੱਕ ਬਹੁਤ ਵੱਡੀ ਕਿਸਾਨੀ ਦੇ ਵਾਸਤੇ ਇੱਕ ਬੜੀ ਵੱਡੀ ਉਲਝਣ ਹੈ ਜੀ ਇਹਦੇ ਹੱਲ ਤਾਂ ਮਤਲਬ ਇਹ ਨਹੀਂ ਹੈਗਾ ਕਿ ਇਕੱਲਾ ਐਮ ਐਸ ਪੀ ਹੀ ਇਹਦਾ ਹੱਲ ਹੈ ਪਰ ਐਮ ਐਸ ਪੀ ਇਹਦਾ ਇੱਕ ਬਹੁਤ ਸੋਹਣਾ ਵੀ ਹੱਲ ਹੈਗਾ ਜਿਸ ਤਰੀਕੇ ਨਾਲ ਕਿ ਜਦੋਂ ਸਾਰੀਆਂ ਫਸਲਾਂ ਦੀ ਐਮ ਐਸ ਪੀ ਦਿੱਤੀ ਜਾਵੇ ਜੀ ਤਾਂ ਐਮਐਸਪੀ ਦੇਣ ਦਾ ਮਤਲਬ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਇਹਦਾ ਭਾਵ ਇਹ ਨਹੀਂ ਹੈਗਾ ਕਿ ਸਰਕਾਰ ਨੇ ਸਾਰਾ ਕੁਝ ਖਰੀਦਣਾ ਪਰ ਸਰਕਾਰ ਦੀ ਨਿਗਰਾਨੀ ਦੇ ਵਿੱਚ ਵਿਕਰੀ ਹੋਣੀ ਹੈ ਜੀ ਇਹ ਤਾਂ ਇਹ ਤਾਂ ਜ਼ਰੂਰੀ ਹੈ ਨਾ ਇੱਕ ਪੈਦਾਕਾਰ ਨਾ ਕੀ ਇਹ ਮਤਲਬ ਇੱਕ ਇਹਨੂੰ ਵੀ ਇੱਕ ਲੁੱਟ ਨਹੀਂ ਕਹਿ ਸਕਦੇ ਅਸੀਂ ਕਿ ਜਦੋਂ ਇੱਕ ਪੈਦਾ ਕਰਨ ਵਾਲੇ ਨੇ ਇੱਕ ਚੀਜ਼ ਦੇ ਉੱਤੇ 25 ਰੁਪਏ ਲਾਏ ਔਰ ਉਹਦੇ ਤੋਂ ਉਹਦੀ ਉਪਜ ਜਿਹੜੀ ਉਹ ਕੋਈ 5 ਰੁਪਏ ਚ ਮੰਗ ਰਿਹਾ ਜਾਂ ਵੇਚ ਨਹੀਂ ਪੈ ਰਹੀ ਆ ਉਹਨੂੰ ਤਾਂ ਕੀ ਇਹ ਵੀ ਇੱਕ ਮਤਲਬ ਜਿਹੜਾ ਹੈਗਾ ਇੱਕ ਕ੍ਰਾਈਮ ਨਹੀਂ ਹੈ ਸੋ ਇਹਦੇ ਉੱਪਰ ਜੇ ਜੇ ਇਹਦੇ ਉੱਪਰ ਗੱਲ ਚੱਲ ਰਹੀ ਹੈ ਤਾਂ ਇਸ ਗੱਲ ਨੂੰ ਇਹਨਾਂ ਬ੍ਰੈਕਟਾਂ ਦੇ ਵਿੱਚ ਨਹੀਂ ਬੰਨਣਾ ਚਾਹੀਦਾ ਇਸ ਗੱਲ ਦੇ ਉੱਤੇ ਸਗੋਂ ਹੋਰ ਵਿਸਥਾਰ ਦੇ ਵਿੱਚ ਚਰਚਾ ਹੋਣੀ ਚਾਹੀਦੀ ਹੈ ਇਸ ਦਾ ਹੱਲ ਹੋਣਾ ਚਾਹੀਦਾ ਔਰ ਇਹਦਾ ਹੱਲ ਜਿਸ ਤਰ੍ਹਾਂ ਤੁਸੀਂ ਗੱਲ ਕਰ ਹੀ ਚੁੱਕੇ ਹੋ ਵੀ ਜਿਹੜੇ ਇਸ ਤਰ੍ਹਾਂ ਦੇ ਬੈਠ ਕੇ ਕਹਿੰਦੇ ਕਿ ਐਡਾ ਬਜਟ ਹੀ ਨਹੀਂ ਹੈਗਾ ਜਾਇ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਇਹਦਾ ਭਾਵ ਇਹ ਹੈ ਕਿ ਉਹ ਇਸ ਸਮੱਸਿਆ ਦੇ ਨਾਲ ਪਹਿਲੀ ਗੱਲ ਤਾਂ ਜਾਣੋ ਹੀ ਨਹੀਂ ਹੈ ਔਰ ਦੂਸਰੀ ਗੱਲ ਕਿਤੇ ਉਹਨਾਂ ਦੇ ਵਿੱਚ ਵਿੱਲ ਪਾਵਰ ਵੀ ਨਹੀਂ ਦਿਸਦੀ ਕਿ ਉਹ ਉਸ ਸਮੱਸਿਆ ਦਾ ਹੱਲ ਵਾਲੇ ਪਾਸੇ ਨਹੀਂ ਉਹ ਤਾਂ ਇੱਕ ਮਤਲਬ ਆਪ ਦਾ ਜਿਹੜਾ ਹੈਗਾ ਆਪ ਦਾ ਘੋੜਾ ਦਵਲਣਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਹੋ ਸਕਦਾ ਪਰ ਸਮੱਸਿਆ ਦਾ ਹੱਲ ਨਹੀਂ ਸੋ ਮੇਰੇ ਖਿਆਲ ਦੇ ਵਿੱਚ ਇਹ ਮੇਰਾ ਨਿੱਜੀ ਵਿਚਾਰ ਵੀ ਹੈਗਾ ਔਰ ਇਹ ਮੈਨੂੰ ਲੱਗਦਾ ਕਿ ਇਹ ਇਹੀ ਹੀ ਅਸਲੀਅਤ ਹੈ ਜੋ ਮੇਰੀ ਸਮਝ ਚ ਆ ਰਿਹਾ ਹੈ ਕਿ ਜਦੋਂ ਜਿਸ ਤਰ੍ਹਾਂ ਮੰਨ ਲਓ ਕਿ ਕੋਈ ਫਸਲ ਦੀ ਨਿਰਧਾਰਤ ਕੀਮਤ ਜਿਹਨੂੰ ਆਪਾਂ ਕਹਦੇ ਹਈਏ ਕਿ ਉਹਦੇ ਉਪਜ ਪੈਦਾ ਕਰਨ ਦੇ ਖਰਚਿਆਂ ਦੇ ਹਿਸਾਬ ਦੇ ਨਾਲ ਇੱਕ ਮਿਨੀਮਮ ਕੀਮਤ ਨਿਰਧਾਰਤ ਹੋਗੀ ਉਦਾਹਰਨ ਦੇ ਤਰਤੇ ਲੈ ਲਓ ਕਿ ਹਰੀ ਮਿਰਚ ਕਿਸਾਨ ਨੇ ਮੰਡੀ ਦੇ ਵਿੱਚ ਲਗਿਆ ਉਹਦੀ ਜਿਹੜੀ ਪੈਦਾ ਕਰਨ ਦੀ ਕੋਸਟ ਹੈ ਜਿਹੜੀ ਲਾਗਤ ਹੈ ਉਦੇ ਮੁਤਾਬਕ ਇੱਕ ਫਾਰਮੂਲੇ ਦੇ ਮੁਤਾਬਕ ਜਿਸ ਤਰ੍ਹਾਂ ਅੱਜ ਕੱਲ੍ਹ ਸੁਆਮੀ ਨਾਥਨ ਦੇ ਫਾਰਮੂਲੇ ਦੀ ਗੱਲ ਵਿਚਾਰਚਾ ਵੀ ਚੱਲਦੀ ਹੈ ਉਹ ਸਾਰੇ ਮਹਾਰਾਂ ਨੇ ਇਹਨਾਂ ਚੀਜ਼ਾਂ ਨੂੰ ਕੋਸਟ ਕੱਢੀ ਹੁੰਦੀ ਹੈ ਔਰ ਦੇਖੀ ਜਾਂਦੀ ਹੈ ਔਰ ਹਰ ਦੂਜੇ ਤੀਜੇ ਸਾਲ ਉਹਦੇ ਉੱਪਰ ਦੁਬਾਰਾ ਰਿਵਾਈਜ਼ ਹੁੰਦਾ ਹੈ ਕੀਮਤਾਂ ਵਧਣ ਦੇ ਹਿਸਾਬ ਨਾਲ ਹੋਰ ਸਾਰੇ ਕਸੇ ਦੇ ਨਾ ਤਾਂ ਇਹ ਇੱਕ ਇੱਕ ਪ੍ਰੋਸੀਜਰ ਹੈ ਉਸ ਪ੍ਰੋਸੀਜਰ ਦੇ ਵਿੱਚੋਂ ਨਿਕਲ ਕੇ ਇੱਕ ਕੀਮਤ ਆ ਸਕਦੀ ਹੈ ਔਰ ਉਸ ਕੀਮਤ ਦੇ ਉੱਤੇ ਪਹਿਰਾ ਦਿੱਤਾ ਜਾਵੇ ਜੀ ਗੱਲ ਤਾਂ ਇਹ ਹੈਗੀ ਹੈ ਕਿ ਪੈਦਾਕਾਰ ਨੂੰ ਉਸ ਕੀਮਤ ਤੋਂ ਥੱਲੇ ਜਦੋਂ ਕੋਈ ਉਹਦੇ ਤੋਂ ਖਰੀਦਦਾ ਜਾਂ ਉਹਨੂੰ ਵੇਚਣੀ ਪੈਂਦੀ ਹੈ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਹਾਲਾਤ ਨਾ ਬਣਨ ਦਿੱਤੇ ਜਾਣ ਕਿ ਥੱਲੇ ਕੀਮਤ ਤੇ ਵਿਕਰੀ ਹੋਵੇ ਜੀ ਦੂਜੀ ਗੱਲ ਇਹ ਹੈ ਕਿ ਉਹ ਹਾਲਾਤ ਬਣਨਗੇ ਕਿਉਂ ਨਾ ਕਿਉਂਕਿ ਜੇਕਰ ਸਰਕਾਰੀ ਜਿਹੜੇ ਕੰਟਰੋਲ ਹੈ ਜਾਂ ਅੰਕੁਸ਼ ਹੈ ਜਾਂ ਜਿਹਨੂੰ ਆਪਾਂ ਕਹਿੰਦੇ ਆ ਲਾ ਐਂਡ ਆਰਡਰ ਤਾਂ ਇਹਨੂੰ ਵੀ ਇੱਕ ਲਾ ਐਂਡ ਆਰਡਰ ਦਾ ਪਾਰਟ ਬਣਾਉਣਾ ਚਾਹੀਦਾ ਠੀਕ ਹੈ ਨਾ ਜੇ ਉਸ ਗੱਲ ਦਾ ਪਨਿਸ਼ਮੈਂਟ ਦਾ ਮੰਨ ਲਓ ਤੁਸੀਂ ਮੇਰੇ ਤੁਸੀਂ ਮਿਰਚ ਲੈ ਕੇ ਆਏ ਹੋ ਤੁਹਾਡੀ ਲਾਗਤ ਕੀਮਤ 20 ਰੁਪਏ ਹੈ ਮੈਂ ਤੁਹਾਡੇ ਤੋਂ 5 ਰੁਪਏ ਦੇ ਵਿੱਚ ਕਿਲੋ ਮੰਗ ਰਿਹਾ ਠੀਕ ਹੈ ਉੱਥੇ ਇੱਕ ਦੂਸਰਾ ਵਪਾਰੀ ਬੈਠਾ ਉਹ ਕਹਿੰਦਾ ਮੇਰੇ ਤੋਂ ਵੀ ਮੈਂ ਵੀ 5 ਰੁਪਏ ਖਰੀਦੂਗਾ ਤੀਸਰਾ ਵਪਾਰੀ ਬੈਠਾ ਉਹ ਕਹਿੰਦਾ ਮੈਂ ਵੀ 5 ਰੁਪਏ ਖਰੀਦੂਗਾ ਤਾਂ ਇਹ ਕੀ ਕੌਣ ਨਿਰਧਾਰਤ ਕਰੇਗਾ ਜੇ ਇਹੇ ਸਮੇਂ ਦੇ ਵਿੱਚ ਹੋਇਆ ਮਟਰਾਂ ਦੇ ਨਾਲ ਹੋਇਆ ਸੀਗਾ ਵੀ ਮਟਰਾਂ ਦੀ ਤੜਵਾਈ ਲੇਵਰ ਉਹਨੇ ਰੁਪਏ ਕਿਲੋ ਤੜਵਾਈ ਲੈ ਰਹੀ ਸੀ ਉਹਨੇ ਰੁਪਏ ਕਿਲੋ ਮਟਰ ਵਿਕ ਰਹੇ ਸੀ ਅਕਸਰ ਹੀ ਵਾਪਰਦਾ ਹੈ ਇਹ ਅਕਸਰ ਹੀ ਵਾਪਰਦਾ ਹੈ ਕਿ ਕਿਸਾਨ ਦੀਆਂ ਬਹੁਤੀਆਂ ਉਪਜਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਲਾਗਤ ਕੀਮਤ ਨੂੰ ਤਾਂ ਛੱਡੋ ਜੀ ਉਹਨੂੰ ਖੇਤ ਦੇ ਵਿੱਚੋਂ ਤੋੜ ਕੇ ਪੈਕ ਕਰਕੇ ਟਰਾਂਸਪੋਰਟ ਕਰਕੇ ਮਤਲਬ ਮੰਡੀ ਦੇ ਵਿੱਚ ਲਿਉਣ ਤੱਕ ਦਾ ਖਰਚਾ ਵੀ ਕਈ ਵਾਰੀ ਉਹਦੀ ਕੀਮਤ ਦੇ ਨਾਲ ਪੂਰਾ ਨਹੀਂ ਹੁੰਦਾ ਜੀ ਔਰ ਅਕਸਰ ਹੀ ਵੇਖਦੇ ਆ ਕਿ ਬਣੀ ਤਿਆਰ ਕੀਤੀ ਹੋਈ ਫਸਲ ਕਈ ਵਾਰ ਕਿਸਾਨ ਖੇਤ ਦੇ ਵਿੱਚ ਵਾਹ ਦਿੰਦਾ ਹੈ ਕਿ ਇਹਦਾ ਤਾਂ ਕੋ ਪੈਦੇ ਉਹ ਕਿਸ਼ ਨੂੰ ਦਿਨ ਦੇ ਵਿੱਚ ਕਿੰਨੂ ਕਿੰਨੂ ਦੇ ਵਿੱਚ ਹੋਇਆ ਹੈ ਪਿਛਲੇ ਸਾਲ ਹੀ ਮਾਨਸਾ ਜ਼ਿਲ੍ਹੇ ਦੇ ਵਿੱਚ ਭੈਣੀ ਬੱਗਾ ਟੁੱਠਿਆਂਵਾਲੀ ਵਗੈਰਾ ਇਦਾਂ ਦੇ ਪਿੰਡ ਹੈ ਉੱਥੇ ਸ਼ਿਮਲਾ ਮਿਰਚ ਦੇ ਮਾਮਲੇ ਦੇ ਵਿੱਚ ਇਹ ਹੋਇਆ ਤੜਵਾਈ ਕਰਨਾ ਵੀ ਲੋਕਾਂ ਨੂੰ ਠੀਕ ਨਹੀਂ ਸੀ ਸਮਝਦੇ ਵੀ ਉਹਦੀ ਜਦੋਂ ਲਗਤ ਉਹਦੀ ਵਾਪਸ ਹੀ ਨਹੀਂ ਆਉਣੀ ਫਿਰ ਕਾਦੇ ਵਾਸਤੇ ਕਰਨੀ ਹੈ ਸੋ ਇੰਨੀ ਮਤਲਬ ਲਾਗਤ ਲਾ ਕੇ ਜੇ ਇਹ ਹਾਲਾਤ ਬਣਦੇ ਨੇ ਤਾਂ ਸਾਡੇ ਹੀ ਸਮਾਜ ਦੇ ਵਿੱਚ ਸਾਡੇ ਹੀ ਮੁਲਕ ਦੇ ਵਿੱਚ ਸਾਡੇ ਹੀ ਲੋਕਾਂ ਦੇ ਨਾਲ ਅਗਰ ਅਜਿਹਾ ਵਾਪਰਦਾ ਤਾਂ ਇਹਨੂੰ ਰੋਕਦਾ ਕੌਣ ਹੁੰਦਾ ਅਕਸਰ ਜੇ ਕੋਈ ਵੀ ਬੇਨਿਜ਼ਮੀ ਹੁੰਦੀ ਹੈ ਤਾਂ ਉੱਥੇ ਸਰਕਾਰਾਂ ਹੀ ਰੋਕਦੀਆਂ ਨੇ ਨਾ ਤਾਂ ਕੀ ਇਹ ਫਿਰ ਸਰਕਾਰਾਂ ਦੀ ਡਿਊਟੀ 'ਚ ਨਹੀਂ ਆ ਜਾਂਦਾ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਜੀ ਕਿ ਕੀ ਇਹ ਸਰਕਾਰਾਂ ਦੇ ਕੰਟਰੋਲ 'ਚ ਨਹੀਂ ਹੋਣਾ ਚਾਹੀਦਾ ਬਿਲਕੁਲ ਕੀ ਕੋਈ ਬੇਨਿਜ਼ਮੀ ਅਗਰ ਹੋ ਰਹੀ ਹੈ ਕਿਸੇ ਨੂੰ ਆਪਣੀ ਪੈਦਾਵਾਰ ਦੀ ਲਾਗਤ ਕੀਮਤੀ ਨਹੀਂ ਮਿਲ ਰਹੀ ਠੀਕ ਹੈ ਔਰ ਉਹ ਇੱਕ ਬੇਨਿਜ਼ਮੀ ਜਿਹੜੀ ਹੈ ਉਹਨੂੰ ਕੌਣ ਰੋਕੇਗਾ ਜੀ ਇੱਕ ਇੱਕ ਗੱਲ ਹੋਰ ਕਲੀਅਰ ਕਰਦੇ ਹੋ ਜਿਹੜੇ ਲੋਕ ਕਿਸਾਨਾਂ ਨੂੰ ਮੰਦਾ ਜੰਗਾ ਬੋਲ ਰਿਹਾ ਉੱਥੇ ਬੈਠੇ ਹੋਏ ਕਿਸਾਨਾਂ ਨੂੰ ਜਦੋਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਇੱਕ ਬੀਬੀ ਦੇ ਵੱਲੋਂ ਬੜੀਆਂ ਹਰਕਤਾਂ ਕੀਤੀਆਂ ਗਈਆਂ ਜਾਂ ਜਿਹੜੇ ਲੋਕ ਪਾਰਟੀਬਾਜ਼ੀ ਦੇ ਚੱਕਰ ਦੇ ਵਿੱਚ ਆਣ ਕੇ ਕਿਸਾਨਾਂ ਨੂੰ ਬੋਲ ਰਹੇ ਆ ਜਾਂ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਵਾਂ ਕਿ ਕਿਸਾਨਾਂ ਤੋਂ ਬਗੈਰ ਵੀ ਕਿਸੇ ਨੂੰ ਇਹਦਾ ਫਾਇਦਾ ਹੋਣਾ ਜੇ ਐਮਐਸਪੀ ਲਾਗੂ ਹੋ ਜਾਂਦੀ ਹੈ ਜਾਂ ਇਹਦਾ ਫਾਇਦਾ ਕੱਲੇ ਕਿਸਾਨਾਂ ਨੂੰ ਹੋਣਾ ਇਹ ਗੱਲ ਜ਼ਰੂਰ ਕਲੀਅਰ ਕਰ ਦਿਓ ਨਹੀਂ ਦੇਖੋ ਸਿੱਧੇ ਤੌਰ ਤੇ ਫਾਇਦਾ ਤਾਂ ਜਿਹੜਾ ਹੈਗਾ ਅਕਸਰ ਪੈਦਾਕਰਨ ਨੂੰ ਹੋਣਾ ਜੀ ਇਹ ਤਾਂ ਇਹਦੇ ਵਿੱਚ ਤਾਂ ਗੱਲ ਕੋਈ ਸ਼ੱਕ ਵਾਲੀ ਨਹੀਂ ਹੈ ਜੀ ਅ ਇਹਦੇ ਨਾਲ ਜੁੜੇ ਹੋਏ ਫਾਇਦੇ ਉਹ ਕਿਸੇ ਵੀ ਚੀਜ਼ ਦੇ ਮਾਮਲੇ ਦੇ ਵਿੱਚ ਤੁਸੀਂ ਮਤਲਬ ਜਿਹੜਾ ਹੈਗਾ ਇੰਨਾ ਵਿਸਥਾਰਤ ਦੇ ਵਿੱਚ ਖੋਲ ਕੇ ਨਹੀਂ ਰੱਖ ਸਕਦੇ ਕਿਉਂਕਿ ਜੁੜੇ ਹੋਏ ਮੁਨਾਫੇ ਜੁੜੇ ਹੋਏ ਫਾਇਦੇ ਤਾਂ ਕਈ ਤਰ੍ਹਾਂ ਦੇ ਹੁੰਦੇ ਨੇ ਹੋ ਸਕਦਾ ਕਿਸੇ ਰਾਜਨੀਤਿਕ ਪਾਰਟੀ ਨੂੰ ਵੀ ਫਾਇਦਾ ਹੋ ਜਾਵੇ ਠੀਕ ਹੈ ਹੋ ਸਕਦਾ ਕਿਸੇ ਵਪਾਰ ਦੇ ਕਿਸੇ ਵਰਗ ਨੂੰ ਵੀ ਫਾਇਦਾ ਹੋ ਜਾਵੇ ਸੋ ਉਹ ਤਾਂ ਅਗਲੀਆਂ ਗੱਲਾਂ ਨੇ ਜੀ ਸੋ ਅਸਲ ਦੇ ਵਿੱਚ ਮੈਂ ਇਹ ਸਮਝਦਾ ਮੈਂ ਇਹਨੂੰ ਫਾਇਦਾ ਸ਼ਬਦ ਵੀ ਨਹੀਂ ਕਹਿੰਦਾ ਮੈਂ ਤਾਂ ਇਹ ਕਹਿਣਾ ਕਿ ਹੋ ਰਿਹਾ ਨੁਕਸਾਨ ਰੋਕਣਾ ਸੀ ਹਾਂ ਬਿਲਕੁਲ ਠੀਕ ਹੈ ਨਾ ਜਦੋਂ ਅਸੀਂ ਇਸ ਐਂਗਲ ਤੋਂ ਸੋਚਾਂਗੇ ਤਾਂ ਕੁਦਰਤੀ ਤੌਰ ਤੇ ਹੈ ਕਿ ਜਿਹੜੇ ਵਿਦਵਾਨ ਜਿਹੜੇ ਲੋਕ ਜਿਹੜੇ ਭੱਦਰਪੁਰਸ਼ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇਹੋ ਜਿਹਾ ਕੁਝ ਆ ਰਿਹਾ ਹੈ ਸ਼ਾਇਦ ਉਹ ਜਦੋਂ ਇੱਥੋਂ ਇਸ ਐਂਗਲ ਤੋਂ ਸੋਚ ਲੈਣ ਕਿ ਪੈਦਾਕਾਰ ਨੂੰ ਹੋ ਰਹੇ ਨੁਕਸਾਨ ਨੂੰ ਰੋਕਣ ਦੀ ਗੱਲ ਹੋ ਰਹੀ ਹੈ ਉਹਦੇ ਕਿਸੇ ਵੱਡੇ ਮੁਨਾਫੇ ਦੀ ਗੱਲ ਨਹੀਂ ਹੋ ਰਹੀ ਜੀ ਠੀਕ ਹੈ ਪਹਿਲਾਂ ਅਸੀਂ ਇੱਥੋਂ ਤੱਕ ਤਾਂ ਪਹੁੰਚ ਗਏ ਮੁਨਾਫੇ ਦੇ ਤਾਂ ਬਾਅਦ ਦੇ ਚਲੀ ਜਾਵਾਂਗੇ ਠੀਕ ਹੈ ਨਾ ਸੋ ਜੇ ਅਸੀਂ ਇਸ ਭਾਵਨਾ ਦੇ ਨਾਲ ਸੋਚਾਂਗੇ ਤਾਂ ਸ਼ਾਇਦ ਮਤਲਬ ਇਹ ਮੰਗ ਜਿਹੜੀ ਹੈਗੀ ਹੈ ਇਹ ਸਾਡੀ ਇੱਕ ਵਿਆਪਕ ਮੰਗ ਬਣ ਜਾਵੇ ਔਰ ਮਤਲਬ ਸਮੂਹ ਅਧਿਕਾਰੀ ਸਮੂਹ ਰਾਜਨੀਤਿਕ ਲੋਕ ਸਮਾਜ ਦੇ ਸਾਰੇ ਵਰਗ ਜਿਹੜੇ ਹੈ ਉਹ ਇਸ ਨੂੰ ਉਸ ਐਂਗਲ ਤੋਂ ਦੇਖਣਾ ਸ਼ੁਰੂ ਕਰ ਦੇਣ ਤਾਂ ਇੱਕ ਤਾਂ ਇਹ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਮੈਂ ਇਹ ਸਮਝਦਾ ਹਾਂ ਕਿ ਇਹਦੇ ਵਿੱਚ ਸਾਰਿਆਂ ਨੂੰ ਹੀ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਆਪਣੀ ਸੋਚ ਨੂੰ ਜਿਹੜਾ ਹੈਗਾ ਉਹ ਸਹੀ ਸੇਧ ਦੇਣੀ ਚਾਹੀਦੀ ਹੈ ਹਰ ਗੱਲ ਰਾਜਨੀਤੀ ਤੋਂ ਪ੍ਰਭਾਵਿਤ ਨਹੀਂ ਹੁੰਦੀ ਜੀ ਸਮਾਜ ਦੇ ਹਰੇਕ ਵਰਗ ਦਾ ਅਧਿਕਾਰ ਹੱਕ ਜਿਹੜਾ ਹੈਗਾ ਉਹਦੇ ਤੇ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਦਾ ਉਹਦੀ ਜੇਕਰ ਉਹਦੀ ਲੁੱਟ ਹੋ ਰਹੀ ਹੈ ਜਾਂ ਉਹਨੂੰ ਨਹੀਂ ਮਿਲ ਰਿਹਾ ਤਾਂ ਉਹਦੇ ਤੇ ਕੰਟਰੋਲ ਹੋਣਾ ਚਾਹੀਦਾ ਇਹਨਾਂ ਇੰਗਲੈਂਡ ਤੋਂ ਪਹਿਲਾਂ ਸਰਕਾਰਾਂ ਦਾ ਨੁਕਸਾਨ ਕੀ ਹੈਗਾ ਜੇ ਐਮਐਸਪੀ ਲਾਗੂ ਹੋ ਜਾਂਦੀ ਸਰਕਾਰਾਂ ਦਾ ਨੁਕਸਾਨ ਕੀ ਇਹਦੇ ਵਿੱਚ ਸਰਕਾਰਾਂ ਦਾ ਨੁਕਸਾਨ ਤਾਂ ਇਹਦੇ ਵਿੱਚ ਕੁਝ ਨਹੀਂ ਹੈ ਸਰਕਾਰਾਂ ਦਾ ਤਾਂ ਅਸਲ ਦੇ ਵਿੱਚ ਨਾ ਤਾਂ ਸਰਕਾਰਾਂ ਦਾ ਕਦੇ ਫਾਇਦਾ ਹੁੰਦਾ ਹੈ ਪਹਿਲਾਂ ਤਾਂ ਸਾਨੂੰ ਇਹ ਸੋਚਣਾ ਹੋਊਗਾ ਕਿ ਸਰਕਾਰ ਕੋਈ ਵਪਾਰੀ ਵਪਾਰ ਥੋੜੋ ਹੁੰਦਾ ਹੈ ਸਰਕਾਰਾਂ ਦੇ ਨਾ ਕਦੀ ਨੁਕਸਾਨ ਹੁੰਦੇ ਆ ਨਾ ਕਦੀ ਫਾਇਦੇ ਹੁੰਦੇ ਆ ਰਾਜਨੀਤਿਕ ਲੋਕਾਂ ਦੇ ਨੁਕਸਾਨ ਤੇ ਫਾਇਦੇ ਹੁੰਦੇ ਆ ਪਾਰਟੀਆਂ ਦੀ ਸੋਚ ਦੇ ਨੁਕਸਾਨ ਤੇ ਫਾਇਦੇ ਹੁੰਦੇ ਆ ਜੀ ਇਹ ਇਹ ਜਿੰਨੀ ਦੇਰ ਤੱਕ ਸਾਡੇ ਆਮ ਆਵਾਮ ਦੇ ਦਿਮਾਗਾਂ ਦੇ ਵਿੱਚ ਇਹ ਗੱਲ ਵੀ ਨਹੀਂ ਬੈਠਦੀ ਓਨੀ ਦੇਰ ਤੱਕ ਵੀ ਅਸੀਂ ਸਮੱਸਿਆਵਾਂ ਨੂੰ ਉਸ ਤਰੀਕੇ ਨਾਲ ਸਮਝਣ ਦੇ ਸਮਰੱਥ ਨਹੀਂ ਹੁੰਦੇ ਦੇਖੋ ਹੁਣ ਜਿਹੜਾ ਜਦਾਂ ਹਾਂ ਗੱਲ ਕਹੀ ਜਾ ਰਹੀ ਹੈ ਕਿ ਮਤਲਬ ਆਪਾਂ ਗੱਲ ਕਰ ਹੀ ਚੁੱਕੇ ਹਾਂ ਵੀ ਕੀ ਇਹ ਸਰਕਾਰਾਂ ਨੇ ਖਰੀਦ ਕੇ ਰੱਖਣਾ ਐਡੇ ਵੱਡੇ ਬਜਟ ਨਹੀਂ ਹੋਗੇ ਜੀ ਬਜਟ ਦਾ ਭਾਵੇਂ ਨਹੀਂ ਹੈਗਾ ਬਜਟ ਤਾਂ ਮਤਲਬ ਜਿਹੜਾ ਹੈਗਾ ਜਿੰਨਾ ਪੀਡੀਐਸ ਸਿਸਟਮ ਦੇ ਵਿੱਚ ਲੈ ਕੇ ਜਾਣਾ ਓਨੀ ਚੀਜ਼ ਖਰੀਦਣੀ ਹੈ ਬਾਕੀ ਚੀਜ਼ਾਂ ਤੇ ਹੁਣ ਤੁਸੀਂ ਦੇਖੋ ਕਿ ਕਾਟਨ ਮਨ ਲਓ ਨਰਮੇਦੀ ਮਤਲਬ ਆਪਣੀਆਂ ਕੁਝ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਆਉਂਦੀ ਹੈ ਫਸਲ ਤਾਂ ਉਹ ਮਤਲਬ ਕਦੀ ਕਦੀ ਤਾਂ ਉਹ ਜਿਹੜੀ ਉਹਦੀ ਮਿਨੀਮਮ ਨਿਰਧਾਰਤ ਕੀਮਤ ਹੈ ਕਦੀ ਕਦੀ ਤਾਂ ਉਸ ਤੋਂ 1000 ਰੁਪਏ ਉੱਪਰ ਵੀ ਵਿਕ ਜਾਂਦਾ ਪਰ ਜਦੋਂ ਉਹਦੇ ਤੋਂ 1000 ਰੁਪਏ ਥੱਲੇ ਵਿਕਦਾ ਤਾਂ ਉਹ ਤਾਂ ਗਲਤ ਹੈ ਨਾ ਉਹ ਤਾਂ ਨਹੀਂ ਨਾ ਹੋਣਾ ਚਾਹੀਦਾ ਉੱਪਰ ਚੱਲਾ ਜਾਵੇ ਕਿਤੇ 100 ਚੱਲਾ ਜਾਵੇ ਜਾਂ ਕਿਤੇ 200 ਚੱਲਾ ਜਾਵੇ ਉਹ ਗੱਲ ਹੈਗੀ ਹੈ ਮੰਡੀ ਦੀ ਡਿਮਾਂਡ ਐਂਡ ਸਪਲਾਈ ਦੇ ਹਿਸਾਬ ਦੇ ਨਾਲ ਜੀ ਸੋ ਮਤਲਬ ਕਹਿਣ ਦਾ ਕਿ ਸਾਡਾ ਮਿਨੀਮਮ ਸਪੋਰਟ ਪ੍ਰਾਈਸ ਦਾ ਭਾਅ ਵੀ ਇਹ ਹੈਗਾ ਕਿ ਉਸ ਤੋਂ ਨਿਰਧਾਰਿਤ ਕੀਮਤ ਤੋਂ ਥੱਲੇ ਕਿਸੇ ਚੀਜ਼ ਦੀ ਵਿਕਰੀ ਨੂੰ ਅਸੀਂ ਇਹ ਸਮਝੀਏ ਸਾਰਾ ਸਮਾਜ ਸਮਝੇ ਜੀ ਮਤਲਬ ਸਰਕਾਰਾਂ ਅਧਿਕਾਰੀ ਰਾਜਨੀਤੀ ਜਾਂ ਕਿਸੇ ਵੀ ਵਰਗ ਦੇ ਲੋਕ ਅਸੀਂ ਸਮੂਹਿਕ ਤੌਰ ਤੇ ਪਹਿਲਾਂ ਇਹ ਸਮਝੀਏ ਕਿ ਇਹ ਇੱਕ ਕ੍ਰਾਈਮ ਇੱਕ ਪਾਪ ਹੈ ਜੇਕਰ ਕਿਸੇ ਨੇ ਕਿਸੇ ਚੀਜ਼ ਨੂੰ ਪੈਦਾ ਕਰਨ ਵਾਸਤੇ 10 ਰੁਪਏ ਜੇਬ ਦੇ ਵਿੱਚੋਂ ਖਰਚੇ ਨੇ ਉਹਨੂੰ ਅਸੀਂ 5 ਰੁਪਏ ਦੇ ਰਹੇ ਆ ਤਾਂ ਅਸੀਂ ਇਹਨੂੰ ਪਾਪ ਸਮਝ ਗਏ ਹਮ ਹੱਕ ਕਰ ਰਹੇ ਹੱਕ ਹੀ ਖਾ ਰਹੇ ਹਾਂ ਨਾ ਤੇ ਜਦੋਂ ਅਸੀਂ ਇਸ ਸਿੰਗਲ ਤੋਂ ਸੋਚਾਂਗੇ ਤਾਂ ਮੈਨੂੰ ਲੱਗਦਾ ਇਹ ਜਿੱਡੀ ਵੱਡੀ ਸਮੱਸਿਆ ਬਣਾਈ ਜਾ ਰਹੀ ਹੈ ਔਰ ਜਿੱਡੀ ਵੱਡੀ ਸਮੱਸਿਆ ਦਿਖਾਈ ਜਾ ਰਹੀ ਹੈ ਇਹ ਏਡੀ ਵੱਡੀ ਸਮੱਸਿਆ ਹੈ ਅੱਛਾ ਜੇ ਸਰਕਾਰਾਂ ਦਾ ਫਾਇਦਾ ਵੀ ਨਹੀਂ ਹੁੰਦਾ ਸਰਕਾਰਾਂ ਦਾ ਨੁਕਸਾਨ ਵੀ ਨਹੀਂ ਹੁੰਦਾ ਸਰਕਾਰਾਂ ਲਾਗੂ ਕਿਉਂ ਨਹੀਂ ਕਰ ਰਹੀਆਂ ਐਮਐਸਪੀ ਲੋਕਾਂ ਨੂੰ ਲੜਨਾ ਕਿਉਂ ਪੈ ਰਿਹਾ ਲੋਕਾਂ ਨੂੰ ਉੱਥੇ ਬਾਰਡਰਾਂ ਦੇ ਉੱਤੇ ਮਰਨਾ ਕਿਉਂ ਪੈ ਰਿਹਾ ਇਹਨਾਂ ਦੀ ਕੀ ਗੱਲ ਕਰਦੇ ਹੋ ਇਹਨਾਂ ਨੂੰ ਤਾਂ ਤੁਸੀਂ ਹੁਣ ਦੱਸਦੇ ਹੋ ਵੀ ਅਸੀਂ ਅਗਲੀ ਸਰਕਾਰ ਬਣਾ ਦੇਾਂਗੇ ਇਹ ਦੋ ਦੋ ਵਾਰੀ ਐਮਐਸਪੀਆ ਦੇ ਦੇਣਗੇ ਮੈਂ ਪਹਿਲਾਂ ਵੀ ਇਹੀ ਕਹਿ ਕੇ ਇਟਿਆ ਅਜਿਹਾ ਕੁਝ ਨਹੀਂ ਹੈ ਇਹਨਾਂ ਨੂੰ ਤਾਂ ਰਾਜਨੀਤਿਕ ਲੋਕਾਂ ਦਾ ਤਾਂ ਸਿਰਫ ਇੱਕ ਰਾਜਨੀਤਿਕ ਕਿਸੇ ਵੀ ਗੱਲ ਦੇ ਪ੍ਰਤੀ ਆਪਣਾ ਜਿਹੜਾ ਲਿਆ ਹੋਇਆ ਸਟੈਂਡ ਹੈ ਨਾ ਉਹਦੇ ਵਿੱਚ ਰਾਜਨੀਤੀ ਹੀ ਚਲਕਦੀ ਹੁੰਦੀ ਹੈ ਕਿਤੇ ਉਹਨਾਂ ਦਾ ਨਫੇ ਨੁਕਸਾਨ ਦੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕੋਈ ਮਤਲਬ ਅਜਿਹਾ ਖਾਸ ਮਕਸਦ ਨਹੀਂ ਹੁੰਦਾਗਾ ਹੁਣ ਇੱਕ ਗੱਲ ਅਕਸਰ ਕਹੀ ਜਾਂਦੀ ਹੈ ਕਿ ਫਲਾਣੀ ਸਰਕਾਰ ਵਪਾਰੀਆਂ ਦੀ ਸਰਕਾਰ ਹੈ ਫਲਾਣੀ ਸਰਕਾਰ ਕਿਸਾਨਾਂ ਦੀ ਸਰਕਾਰ ਹੈ ਫਲਾਣੀ ਸਰਕਾਰ ਜਿਹੜੀ ਹੈ ਫਲਾਣੇ ਪਰਟੀਕੂਲਰ ਫਲਾਣੇ ਜਿਹੜਾ ਹੈਗਾ ਉਹ ਮਜਬ ਦੀ ਸਰਕਾਰ ਹੈ ਹੁਣ ਤਾਂ ਇੱਥੋਂ ਤੱਕ ਵੀ ਗੱਲਾਂ ਚੱਲਦੀਆਂ ਜਦ ਕਿ ਇਹ ਮੈਂ ਸਮਝਦਾ ਵੀ ਇਹ ਗੱਲਾਂ ਚੱਲਣੀਆਂ ਨਹੀਂ ਚਾਹੀਦੀਆਂ ਪਰ ਇਹ ਹੈਗੀ ਛੱਡਦੇ ਇੱਥੋਂ ਤੱਕ ਵੀ ਚੱਲ ਪਈਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਸਾਡਾ ਪਹਿਲੀ ਗੱਲ ਤਾਂ ਜੇਕਰ ਅਸੀਂ ਇਸ ਤਰੀਕੇ ਦੀਆਂ ਗੱਲਾਂ ਕਰਦੇ ਹਾਂ ਤਾਂ ਅੱਜ 21ਵੀਂ ਸਦੀ ਦੇ ਵਿੱਚ ਅਸੀਂ ਦੁਨੀਆ ਦੇ ਸਾਹਮਣੇ ਆਪਦਾ ਜਿਹੜਾ ਨਕਸ਼ਾ ਉਭਾਰ ਰਹੇ ਹਾਂ ਅਸੀਂ ਉਹਦੇ ਤੇ ਵੀ ਕਾਲੇ ੱੱੱ ਤੱਬੇ ਲਾ ਰਹੇ ਹਾਂ ਇਹਲੀ ਗੱਲ ਤਾਂ ਇਹ ਵਾਪਰ ਨਹੀਂ ਚਾਹੀਦਾ ਪਰਮਾਤਮਾ ਕਰੇ ਕਿ ਅਜਿਹਾ ਸਾਡੇ ਮੁਲਕ ਦੇ ਵਿੱਚ ਕਦੀ ਵੀ ਨਾ ਹੋਵੇ ਪਰ ਫਿਰ ਵੀ ਜੇਕਰ ਅਜਿਹਾ ਕੁਝ ਹੈ ਵੀ ਹੈ ਤਾਂ ਇਹ ਨਾ ਲੋਕਾਂ ਦੀ ਮਤਲਬ ਜਿਹੜੀ ਸੀਮਤ ਸੋਚ ਹੈ ਉਹਦੀ ਵਜ੍ਹਾ ਕਰਕੇ ਇਹ ਹੋ ਰਿਹਾ ਕੁਝ ਵੀ ਐਸਾ ਨਹੀਂ ਹੋਣਾ ਜੇਕਰ ਕਿਸਾਨ ਖੁਸ਼ਾ ਹੋਊਗਾ ਜੇ ਪੈਦਾਵਾਰ ਹੈ ਹੁਣ ਤੁਸੀਂ ਇੱਕ ਛੋਟੀ ਜੀ ਗੱਲ ਸੋਚੋ ਇੱਕ ਮਤਲਬ ਜਿਹੜੀ ਹੈ ਜਿਹੜੀ ਚੀਜ਼ ਰੋਲ ਰਹੀ ਹੈ ਖਾਸ ਤੌਰ ਤੇ ਮੈਂ ਜਿਵੇਂ ਪਹਿਲਾਂ ਗੱਲ ਕਹੇ ਹਟਿਆ ਕਿ ਪੈਰੀਸ਼ੀਬਲ ਆਈਟਮਾਂ ਪੈਰੀਸ਼ੀਬਲ ਉਹਨਾਂ ਨੂੰ ਕਹਿੰਦੇ ਆ ਜਿਹੜੀਆਂ ਜਲਦੀ ਖਰਾਬ ਹੋ ਜਾਂਦੀਆਂ ਨੇ ਉਹਦੇ ਵਿੱਚ ਹੋਣਾ ਤਾਂ ਇਹ ਚਾਹੀਦਾ ਸੀ ਕਿ ਬੜੇ ਵੱਡੇ ਪੱਧਰ ਤੇ ਖੇਤੀਬਾੜੀ ਖੇਤਰ ਦੇ ਵਿੱਚ ਇਨਵੈਸਟਮੈਂਟਸ ਹੋਣੀਆਂ ਚਾਹੀਦੀਆਂ ਸੀ ਕੋਲਡ ਸਟੋਰ ਕੋਲਡ ਚੇਨਜ਼ ਬਣੀਆਂ ਹੁੰਦੀਆਂ ਕੋਲਡ ਸਟੋਰ ਬਣੇ ਹੁੰਦੇ ਕਿਸਾਨਾਂ ਨੂੰ ਆਫ ਸੀਜ਼ਨ ਮਤਲਬ ਗ੍ਰੀਨ ਹਾਊਸਸ ਦੇ ਵਿੱਚ ਜਾਂ ਹੋਰ ਆਫ ਸੀਜ਼ਨ ਦੇ ਵਿੱਚ ਵੀ ਪੈਦਾਵਾਰ ਕਰਨ ਦੀਆਂ ਸਹੂਲਤਾਂ ਹੁੰਦੀਆਂ ਤਾਂ ਉਹਦੇ ਨਾਲ ਅਸੀਂ ਹੋਰ ਅੱਗੇ ਵਧ ਜਾਣਾ ਸੀ ਚਲੋ ਉਹ ਇੱਕ ਇਨਵੈਸਟ ਇਹ ਬੜੀ ਲੰਬੀ ਗੱਲ ਹੈ ਇਹ ਕਿ ਇੰਨੇ ਲੰਬੇ ਸਮੇਂ ਤੋਂ ਜਿੱਥੇ ਇਨਵੈਸਟਮੈਂਟ ਹੋਣੀ ਚਾਹੀਦੀ ਸੀ ਉਹਨਾਂ ਖੇਤਰਾਂ ਦੇ ਵਿੱਚ ਇਨਵੈਸਟਮੈਂਟ ਹੋਈ ਨਹੀਂ ਜਿਹਦੀ ਅਸੀਂ ਉਪਜ ਖਾਣੀ ਸੀ ਜੀ ਜਿੰਦੀ ਜੇਕਰ ਖੇਤੀ ਸੈਕਟਰ ਦੇ ਵਿੱਚ ਅਸੀਂ ਇਨਵੈਸਟਮੈਂਟ ਕਰਦੇ ਉਹਦੇ ਨਾਲ ਖੇਤੀ ਦਾ ਉਭਾਰ ਆਉਂਦਾ ਜਿੰਨਾ ਖੇਤੀ ਦਾ ਉਭਾਰ ਆਉਂਦਾ ਸਬਸਿਡੀਆਂ ਦੀ ਉਨੀ ਘੱਟ ਲੋਡ ਪੈਂਦੀ ਕਿਸਾਨੀ ਕਰਜ਼ਿਆਂ ਨੂੰ ਮਾਫ਼ ਕਰਨ ਦੀ ਘੱਟ ਲੋੜ ਪੈਂਦੀ ਜਦੋਂ ਕਿਸਾਨ ਸਰ ਕਰਜ਼ਾ ਹੁੰਦਾ ਹੀ ਨਾ ਤਾਂ ਤੁਹਾਨੂੰ ਮਾਫ਼ ਕਰਨ ਦੀ ਗੱਲ ਖੇਚੀ ਹੁੰਦੀ ਤੁਹਾਨੂੰ ਮਤਲਬ ਜਿਹੜੇ ਘੱਟ ਜਿਹੜੇ ਵਿਆਜ ਤੇ ਕਰਜ਼ੇ ਦੇ ਰਹੇ ਹੋ ਤੁਹਾਨੂੰ ਉਹ ਦੇਣੇ ਨਾ ਪੈਂਦੇ ਜਦੋਂ ਕਿਸਾਨ ਖਰਜਾ ਮੰਗਦਾ ਨਾ ਤਾਂ ਤੁਹਾਡੇ ਨੂੰ ਸੋ ਇਨਵੈਸਟਮੈਂਟ ਤਾਂ ਸਾਨੂੰ ਇੱਥੇ ਕਰਨੀ ਚਾਹੀਦੀ ਸੀ ਪਰ ਅਸੀਂ ਕਿਤੇ ਨਾ ਕਿਤੇ ਗੁੰਮਰਾਹ ਹੋ ਕੇ ਜਾਂ ਰਾਜਨੀਤੀ ਜਿਹੜੀ ਹੈ ਉਹ ਆਪਣੇ ਨਿੱਜੀ ਮਫਾਦਾਂ ਦੀ ਖਾਤਰ ਕੁਝ ਲੋਕਾਂ ਨੇ ਇਨਵੈਸਟਮੈਂਟਾਂ ਕਿਤੇ ਹੋਰ ਕੀਤੀਆਂ ਨੇ ਉਹ ਸਮਝਦੇ ਐ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਤੁਸੀਂ ਵੇਖਦੇ ਹੀ ਰਹੇ ਹੋ ਪਿਛਲੇ 15 ਸਾਲ ਇੱਕ ਬੜੀ ਵੱਖਰੀ ਕਿਸਮ ਦਾ ਵਿਕਾ ਜਿਹੜਾ ਅਸੀਂ ਦੱਸਦਾ ਸੀ ਕੋਈ ਕਹਿੰਦਾ ਸੀ ਇੱਥੋਂ ਪੈਗ ਰੱਖ ਕੇ ਲੈ ਜਾ ਜੇ ਉੱਥੋਂ ਤੱਕ ਇਸ ਹਾਈਵੇ ਤੇ ਜਾਇਆ ਜੇ ਤੇ ਉਹ ਪੈਗ ਨਹੀਂ ਡੁੱਲਣਾ ਕੇ ਕਹਿੰਦਾ ਸ਼ਰਾਬੀ ਹੋ ਕੇ ਰਿੜ ਕੇ ਵੀ ਆਪਣੇ ਘਰ ਪਹੁੰਚ ਜਾ ਵੀ ਘਰੇ ਪਹੁੰਚ ਜਾ ਮਤਲਬ ਕੀ ਕੁਸ਼ ਇਹ ਹੋ ਜਾਇਆ ਫਿਰ ਉਹਨਾਂ ਅਜਿਹੀ ਮਾਨਸਿਕਤਾ ਦੇ ਅੰਦਰ ਜੇ ਤੁਸੀਂ ਵੇਖੋਗੇ ਤਾਂ ਉਹ ਕਿਹੜਾ ਵਿਕਾਸ ਪਿਆ ਹੋਇਆ ਜੀ ਉਹਨਾਂ ਨੂੰ ਪੁਲਾਂ ਦਾ ਵਿਕਾਸ ਸੜਕਾਂ ਦਾ ਹਾਈਵੇਜ਼ ਦਾ ਵਿਕਾਸ ਬਿਲਡਿੰਗਾਂ ਦਾ ਵਿਕਾਸ ਕੰਕਰੀਟ ਦਾ ਵਿਕਾਸ ਉਹਨਾਂ ਨੂੰ ਵਿਕਾਸ ਦਿਸਦਾ ਜਦ ਕਿ ਮਤਲਬ ਇਹ ਵਿਕਾਸ ਜਿਹੜਾ ਹੈਗਾ ਇਹ ਵਿਕਾਸ ਦਾ ਇੱਕ ਹਿੱਸਾ ਤਾਂ ਬਣ ਸਕਦਾ ਉਹ ਵੀ ਜੇ ਮਗਰਲੇ ਪਾਸੇ ਜੁੜੇ ਤਾਂ ਪਰ ਜੇ ਭੁਖਮਰੀ ਦੇ ਵਿੱਚ ਜਿਹੜਾ ਹੈਗਾ ਘੱਟੋ-ਘੱਟ ਕੀ ਮਤਲਬ ਘੱਟੋ-ਘੱਟ ਲੋੜਾਂ ਦੀ ਪੂਰਤੀ ਤੋਂ ਬਿਨਾ ਮਤਲਬ ਜਿਹੜਾ ਹੈਗਾ ਜੇ ਇਹ ਵਿਕਾਸ ਅਸੀਂ ਕਰ ਰਹੇ ਆ ਤਾਂ ਮੈਨੂੰ ਲੱਗਦਾ ਵੀ ਅਸੀਂ ਕਿਤੇ ਨਾ ਕਿਤੇ ਗਲਤ ਰਸਤੇ ਤੇ ਹੈਗੇ ਆ ਸੋ ਮੇਰੇ ਖਿਆਲ ਦੇ ਵਿੱਚ ਐਮਐਸਪੀ ਜਿਹੜੀ ਹੈਗੀ ਹੈ ਜੇ ਆਪਾਂ ਗੱਲ ਨੂੰ ਨੁਪਟਾਈਏ ਜਾਂ ਨੇੜੇ ਥੋੜੇ ਸ਼ਬਦਾਂ ਦੇ ਵਿੱਚ ਕਰੀਏ ਤਾਂ ਐਮਐਸਪੀ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈ ਐਮਐਸਪੀ ਨੂੰ ਵਿਆਪਕ ਰੂਪ ਦੇ ਵਿੱਚ ਸਾਡੇ ਸਾਰੇ ਸਮਾਜ ਦੇ ਸਾਰੇ ਵਰਗਾਂ ਦੁਆਰਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੁਆਰਾ ਅਧਿਕਾਰੀਆਂ ਦੁਆਰਾ ਉਹਨਾਂ ਨੂੰ ਇਸ ਐਂਗਲ ਤੋਂ ਵਿਚਾਰਨਾ ਚਾਹੀਦਾ ਹੈ ਕਿ ਪੈਦਾ ਕਰਨ ਵਾਲੇ ਨੂੰ ਘੱਟੋ ਘੱਟ ਇੰਨਾ ਹੱਕਦਾਰਤਾ ਜ਼ਰੂਰ ਹੈ ਨਾ ਕਿ ਉਹਦੀ ਲਾਗਤ ਤੇ ਉਹਦੇ ਉੱਪਰ ਕੁਝ ਮੁਨਾਫਾ ਜਿਹੜਾ ਹੈਗਾ ਉਹਦੇ ਉਹਨੂੰ ਅਸੀਂ ਮੁਹੱਈਆ ਕਰਵਾ ਸਕੀਏ ਅਸੀਂ ਇਹੋ ਜਿਹਾ ਅਸੀਂ ਇਹੋ ਜਿਹਾ ਸਿਸਟਮ ਖੜਾ ਕਰੀਏ ਅਸੀਂ ਮਤਲਬ ਮੰਡੀ ਦੀ ਸਥਿਤੀ ਉਹਦੇ ਤੇ ਕੰਟਰੋਲ ਸਾਡੇ ਕਾਨੂੰਨ ਠੀਕ ਹੈ ਨਾ ਅਸੀਂ ਸਾਰਾ ਪ੍ਰਬੰਧ ਇਦਾਂ ਦਾ ਕਰੀਏ ਕਿ ਇਹ ਪਾਪ ਜਿਹੜਾ ਹੁੰਦਾ ਹੈ ਇਹ ਪਾਪ ਨਾ ਹੋਵੇ ਅੱਛਾ ਜਿਹੜਾ ਮੈਂ ਗਲਤ ਨਾ ਹੋਵਾਂ ਤੇ ਕਿਸਾਨਾਂ ਦੇ ਚੌਥੇ ਗੇਟ ਦੀ ਜਿਹੜੀ ਮੀਟਿੰਗ ਸੀਗੀ ਜਿਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਵੀ ਬੈਠੇ ਤੇ 5 ਸਾਲਾਂ ਦਾ ਕੋਈ ਕੰਟਰੈਕਟ ਕਰਾਉਣ ਦੀ ਗੱਲ ਚੱਲ ਰਹੀ ਸੀ ਐਮਐਸਪੀ ਦੇ ਉੱਤੇ ਉਹ ਉਹ ਫੈਸਲਾ ਕਿਦਾਂ ਸੀਗਾ ਉਹ ਕੀ ਸੀਗਾ ਉਹ ਲੋਕਾਂ ਨੂੰ ਬalé ਸੰਗਤ ਨੂੰ ਪਤਾ ਹੀ ਨਹੀਂ ਲੱਗਿਆ ਵੀ ਉਹ ਕੀ ਸੀਗਾ 5 ਸਾਲਾਂ ਦਾ ਕੰਟਰੈਕਟ ਹੋ ਰਿਹਾ ਸੀਗਾ ਐਮਐਸਪੀ ਲਾਗੂ ਹੋ ਰਹੀ ਸੀ ਕੀ ਕੀ ਉਹ ਕਿਰਿਆ ਸੀਗਾ ਉਹ ਵੇਖੋ ਜਸਵੀਰ ਜੀ ਜਿੱਥੇ ਰਾਜਨੀਤੀ ਜਿਹੜੀ ਹੈ ਨਾ ਮੈਚ्योर ਨਾ ਨਾ ਹੋਵੇ ਜੀ ਉੱਥੇ ਫਿਰ ਨਾ ਮਤਲਬ ਸ਼ਗੂਫੇ ਆਉਂਦੇ ਆ ਜੀ ਸ਼ਗੂਫੇ ਸਾਡੇ ਆਮ ਹੀ ਅਸੀਂ ਪਿਛਲੇ 15 20 ਸਾਲਾਂ ਤੋਂ ਕਦੇ ਕੋਈ 15 15 ਲੱਖ ਰੁਪਏ ਦਾ ਸ਼ਗੂਫਾ ਸੁਣ ਲਿਆ ਕਦੇ ਅਸੀਂ ਕੋਈ ਹੋਰ ਇਸ ਤਰ੍ਹਾਂ ਦੇ ਸ਼ਗੂਫੇ ਸੁਣਦੇ ਆ ਪਿੱਛੇ ਜੇ ਇੱਕ ਹੋਰ ਵੀ ਆਇਆ ਸੀ ਕਿ ਬੀਬੀਆਂ ਨੂੰ 15 1500 ਰੁਪਏ ਮਿਲਣਾ ਕੋਈ ਹੋਰ ਕਈ ਤਰ੍ਹਾਂ ਦੇ ਇਹੋ ਜਿਹੇ ਸ਼ਗੂਫੇ ਜਿੱਥੇ ਰਾਜਨੀਤੀ ਪਰਪੱਕ ਨਹੀਂ ਹੈਗੀ ਨਾ ਉੱਥੇ ਸ਼ਗੂਫੇ ਬਹੁਤ ਆਉਂਦੇ ਆ ਜੀ ਮੈਨੂੰ ਇਹ ਲੱਗਦਾ ਕਿ ਇਹ ਮੈਂ ਬਹੁਤ ਮੈਂ ਉਸ ਕਿਉਂਕਿ ਉਹ ਗੱਲ ਕੋਈ ਬਹੁਤੀ ਬਾਹਰ ਨਿਕਲ ਕੇ ਨਹੀਂ ਆਈ ਕੋਈ ਪੇਪਰਾਂ ਦਾ ਹਿੱਸਾ ਨਹੀਂ ਬਣੀ ਕੋਈ ਸਾਡੇ ਮਤਲਬ ਸਾਡੇ ਐਡੀਟোরੀਅਲਸ ਦਾ ਹਿੱਸਾ ਨਹੀਂ ਬਣੀ ਜੇ ਤਾਂ ਇਸ ਤਰ੍ਹਾਂ ਦਾ ਕੋਈ ਨਿਕਲ ਕੇ ਆਵੇ ਤਾਂ ਉਹਦੇ ਤੇ ਵਿਚਾਰ ਵੀ ਕੀਤਾ ਜਾ ਪਰ ਮੈਨੂੰ ਇਹ ਲੱਗਦਾ ਕਿ ਇਹ ਉਨੀ ਦੇਰ ਤੱਕ ਇਹ ਸਾਰੇ ਰਾਜਨੀਤਿਕ ਸ਼ਖੂਫੇ ਇਹਨਾਂ ਨੂੰ ਇਹ ਜਦੋਂ ਮਤਲਬ ਜਿਹੜਾ ਹੈ ਨਾ ਜਦੋਂ ਪਰਪਕਤਾ ਜਿਹੜੀ ਪਰਪਕਤਾ ਦੀ ਘਾਟ ਹੈ ਜਿਹੜੀ ਉਹ ਮਤਲਬ ਇਹੋ ਜਿਹੀਆਂ ਗੱਲਾਂ ਕਰਵਾਉਂਦੀ ਹੈ ਨਹੀਂ ਤਾਂ ਇਹਦੇ ਉੱਤੇ ਕੋਈ ਬਾਹਲਾ ਸੋਚਣ ਦੀ ਜਾਂ ਬਾਹਲਾ ਵਿਚਾਰਨ ਦੀ ਸਾਰੇ ਸਾਡੇ ਮਹਾਰਾਂ ਨੂੰ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਵੰਡ ਰੱਖਿਆ ਹੈ ਠੀਕ ਹੈ ਉਹ ਅਲੱਗ-ਅਲੱਗ ਰਹਿਆਂ ਰੱਖ ਰਹੇ ਨੇ ਰਾਜਨੀਤਿਕ ਪਾਰਟੀਆਂ ਅਲੱਗ-ਅਲੱਗ ਨੇ ਰਹਿ ਰਹੀਆਂ ਰੱਖ ਰਹੀਆਂ ਨੇ ਮੈਂ ਕਿੰਨੇ ਵੀ ਇਸ ਦੇ ਉੱਤੇ ਵੱਖਰੀਆਂ-ਵੱਖਰੀਆਂ ਰਹਿਆਂ ਦਾ ਜਾਂ ਵੱਖਰੀਆਂ-ਵੱਖਰੀਆਂ ਫਿਰ ਆ ਇਸ ਚੀਜ਼ ਦੇ ਵਿੱਚ ਵੰਡਿਆ ਜਾ ਰਿਹਾ ਹੈ ਕਿ ਕੁਝ ਪਾਰ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਇਹਦੀ ਮੰਗ ਕਰ ਰਹੀਆਂ ਕੁਝ ਸ਼ਾਇਦ ਜਿਹੜੀਆਂ ਨਾਲ ਨਹੀਂ ਗਈਆਂ ਉਹ ਸ਼ਾਇਦ ਮੰਗ ਹੀ ਨਹੀਂ ਕਰ ਰਹੀਆਂ ਇਸ ਤਰ੍ਹਾਂ ਦੇ ਵੀ ਨਰੇਟਿਵ ਹੋਗਾ ਇਹ ਹੋ ਹੀ ਨਹੀਂ ਸਕਦਾ ਹੁਣ ਉਹ ਵੀ ਕਹੀ ਜਾਂਦੇ ਵੀ ਐਡਾ ਸੌਖਾ ਨਹੀਂ ਗਾ ਐਡਾ ਸੌਖਾ ਨਹੀਂ ਹੈ ਹਾਂ ਇਹ ਗੱਲ ਜਿਹੜੀ ਹੈਗੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਐਡਾ ਸੌਖਾ ਕਿਉਂ ਕਹਿ ਰਹੇ ਨੇ ਕਿਉਂਕਿ ਇੰਨਾ ਸੌਖਾ ਅਸਲ ਦੇ ਵਿੱਚ ਇਸ ਕਰਕੇ ਨਹੀਂ ਲੱਗ ਰਿਹਾ ਕਿਉਂਕਿ ਇਸ ਜਿਸ ਐਂਗਲ ਤੋਂ ਇਹ ਮੰਗ ਉੱਪਰ ਕੇ ਵਿਚਾਰ ਚਰਚਾ ਦਾ ਵਿਸ਼ਾ ਬਣਨੀ ਚਾਹੀਦੀ ਹੈ ਉਸ ਐਂਗਲ ਤੋਂ ਨਹੀਂ ਉੱਭਰ ਰਹੀ ਇਹ ਗੱਲ ਸਾਡੇ ਵਾਸਤੇ ਵਾਕਿਆ ਹੀ ਚਿੰਤਾ ਦਾ ਵਿਸ਼ਾ ਹੈ ਅਸੀਂ ਸਾਨੂੰ ਇਹਦੇ ਤੇ ਸਰਕਾਰ ਨੂੰ ਚਾਹੇ ਅੱਜ ਵਾਲੀ ਸਰਕਾਰ ਹੈ ਚਾਹੇ ਪਿਛਲੀ ਸਰਕਾਰ ਸੀ ਮੈਂ ਕਿਹਾ ਕੋਈ ਇੱਕ ਦਿਨ ਦੀ ਸਮੱਸਿਆ ਨਹੀਂ ਹੁੰਦੀ ਜੇ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਚੀਜ਼ਾਂ ਦੇ ਉੱਤੇ ਮਤਲਬ ਜਿਹੜਾ ਹੈਗਾ ਸਾਡਾ ਪੋਜ਼ਿਟਿਵ ਐਟੀਟਿਊਡ ਰਿਹਾ ਹੁੰਦਾ ਤਾਂ ਅਸੀਂ ਅੱਜ ਨੂੰ ਸੇਰ ਦੇ ਵਿੱਚੋਂ ਕੁਝ ਪੂਣੀਆਂ ਕੱਤੀਆਂ ਵੀ ਹੁੰਦੀਆਂ ਠੀਕ ਹੈ ਨਾ ਸੋ ਅਸੀਂ ਕਿਤੇ ਨਾ ਕਿਤੇ ਅਵੇਸਲੇ ਰਹੇ ਹਾਂ ਜੀ ਪੰਜਾਬ ਦੀਆਂ ਸਰਕਾਰਾਂ ਵੀ ਅਵੇਸਲੀਆਂ ਰਹਿ ਜਾਂ ਨੇ ਆਪਦੀ ਨਜ ਪਰਸਤ ਰਾਜਨੀਤੀ ਜਿਹੜੀ ਹੈ ਉਹ ਕਰਦੀਆਂ ਰਹੀਆਂ ਨੇ ਸਾਡਾ ਮਤਲਬ ਇਸ ਮੌਜੂਦਾ ਵਿਧਾਨਕ ਸਿਸਟਮ ਦੇ ਵਿੱਚ ਇੱਕ ਸਟੇਟ ਨੂੰ ਆਪਣੀ ਰਿਪਰੈਜੈਂਟੇਸ਼ਨ ਕਿਸ ਤਰੀਕੇ ਨਾਲ ਰੱਖਣੀ ਚਾਹੀਦੀ ਹੈ ਠੀਕ ਹੈ ਅਸੀਂ ਪੰਜਾਬ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਹੋਈਏ ਕਿਸੇ ਦੇ 5 MP ਹੋਣ ਕਿਸੇ ਦੇ 2 MP ਹੋਣ ਪਰ ਦਿੱਲੀ ਦੇ ਵਿੱਚ ਤਾਂ ਪੰਜਾਬ ਦੇ MP ਨੇ ਨਾ ਤੇ ਕਦੇ ਅਸੀਂ ਵੇਖਿਆ ਕਿ ਪੰਜਾਬ ਦੇ MP ਪੰਜਾਬ ਵਾਸਤੇ ਖੜੇ ਨੇ ਠੀਕ ਹੈ ਕੀ ਇਹ MP ਜਿਹੜੇ ਹੈਗੇ ਆ MP ਲੈਂਡ ਫੰਡਾਂ ਵਾਸਤੇ ਚੁਣਦੇ ਆਂ ਅਸੀਂ ਕੀ ਕਦੇ ਅਸੀਂ ਪਿਛਲੇ ਲੰਬੇ ਸਮੇਂ ਦੇ ਵਿੱਚ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਅਸੀਂ ਇਸ ਗੱਲ ਤੇ ਇਕੱਤਰ ਹੁੰਦੇ ਦੇਖਿਆ ਕਿ ਇਹਨਾਂ ਨੇ ਮਤਲਬ ਜਿਹੜਾ ਹੈਗਾ ਪੰਜਾਬ ਦਾ ਧਰਤੀ ਹੇਠਲਾ ਪਾਣੀ ਖੱਲੇ ਜਾ ਰਿਹਾ ਹੈ ਠੀਕ ਹੈ ਅ ਚਿਰਾ ਪੂੰਜੀ ਵਾਲੀ ਫਸਲ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਉਗਣ ਲੱਗੀ ਠੀਕ ਹੈ ਸਾਰਾ ਜਿਹੜਾ ਸਾਡਾ ਇਕੋਲੋਜੀਕਲ ਸਿਸਟਮ ਹੈ ਪੰਜਾਬ ਦਾ ਉਹਦੇ ਪਿੱਛੇ ਕਿਹੜੇ ਕਾਰਕ ਨੇ ਕਿਵੇਂ ਇਸ ਝੋਨੇ ਦੀ ਵਜ੍ਹਾ ਦੇ ਨਾਲ ਸਾਨੂੰ ਮਤਲਬ ਇੱਥੋਂ ਤੱਕ ਪਹੁੰਚਣਾ ਪਿਆ ਫਿਰ ਅੱਜ ਪੋਲਿਊਸ਼ਨਾਂ ਦੀ ਗੱਲ ਕਰਦੇ ਆ ਇਹਨੂੰ ਅੱਗ ਲੱਗਦੀ ਹੈ ਉਹਦੀ ਵਜ੍ਹਾ ਜਿਹੜੀ ਹੈ ਕੀ ਕਿਸੇ ਨੇ ਕਦੇ ਸਮੂਹਿਕ ਰੂਪ ਦੇ ਵਿੱਚ ਇਕੱਤਰ ਹੋ ਕੇ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਤੋਰੀ ਹੈ ਜੀ ਤਾਂ ਜੇ ਨਹੀਂ ਤੋਰੀ ਤਾਂ ਇਹਦਾ ਮਤਲਬ ਇਦੇ ਤੇ ਵੀ ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਦੋ ਹੀ ਕਾਰਨ ਇੱਕ ਤਾਂ ਇਹ ਹੈ ਕਿ ਇਹ ਤਾਂ ਨਿੱਜ ਪ੍ਰਸਤ ਰਾਜਨੀਤੀ ਕਰਦੇ ਹੀ ਕਰਦੇ ਸੀ ਪਰ ਨਾਲ ਨਾਲ ਇਹਨਾਂ ਨੂੰ ਇਹ ਵੀ ਪਤਾ ਸੀ ਕਿ ਅਸੀਂ ਲੋਕਾਂ ਨੂੰ ਬੁੱਧੂ ਬਣਾ ਲੈਣੇ ਹੁੰਦੇ ਅਸੀਂ ਜਦੋਂ ਜਾਵਾਂਗੇ ਤਾਂ ਸਾਡੇ ਲੋਕ ਸਾਡੇ ਮਤਲਬ ਚਿਹਰਿਆਂ ਨੂੰ ਵੱਡੇ ਵੱਡੇ ਲੀਡਰਾਂ ਦੇ ਰੂਪ ਦੇ ਵਿੱਚ ਫਲਾਣਾ ਸਿਓ ਫਲਾਣਾ ਵੱਡਾ ਲੀਡਰ ਹੈ ਫਲਾਣਾ ਐਡਾ ਵੱਡਾ ਲੀਡਰ ਹੈ ਲੋਕ ਇੰਨਾਂ ਗੱਲਾਂ ਦੇ ਵਿੱਚ ਉਲਝ ਕੇ ਆਪਦੇ ਜਿਹੜੇ ਮਤਲਬ ਜਿਹੜੇ ਜਿਹੜੇ ਉਹਨਾਂ ਦੀ ਨਿੱਜੀ ਜ਼ਿੰਦਗੀਆਂ ਦੇ ਨਾਲ ਜੁੜੇ ਹੋਏ ਸਵਾਲ ਨੇ ਜੀ ਜਿਹੜੇ ਉਹਨਾਂ ਦੇ ਭਵਿੱਖ ਦੇ ਨਾਲ ਜੁੜੇ ਹੋਏ ਸਵਾਲ ਨੇ ਉਹਨਾਂ ਤੋਂ ਲੋਕਾਂ ਦਾ ਮੂੰਹ ਪਮਾਉਣ ਦੇ ਵਿੱਚ ਇਹ ਕਾਮਯਾਬ ਹੋ ਜਾਂਦੇ ਆ ਜੀ ਅਸਲ ਦੇ ਵਿੱਚ ਤਾਂ ਮੈਨੂੰ ਲੱਗਦਾ ਗੱਲ ਇੱਥੇ ਖੜੀ ਹੈ ਪਰ ਹੁਣ ਜਿਹੜੇ ਹੁਣ ਹਾਲਾਤ ਬਣੇ ਆ ਹੁਣ ਇਹ ਲੱਗਦਾ ਕਿ ਲੋਕ ਮਤਲਬ ਜਿਹੜਾ ਹੈਗਾ ਉਹ ਗੁੰਮਰਾਹ ਨਹੀਂ ਹੁੰਦੇ ਲੋਕ ਇਹ ਗੱਲ ਸੋਚਣ ਲੱਗ ਗਏ ਕਿਉਂਕਿ ਹੁਣ ਗੱਲ ਵੀ ਤਾਂ ਇੰਤਿਹਾਈ ਤੇ ਹੋ ਗਈ ਹੈ ਜੀ ਹੁਣ ਦੇਖੋ ਮਤਲਬ ਇੱਕ ਅਕਸਰ ਆਪਾਂ ਦੇਖਦੇ ਆ ਕਿ ਕਿਸਾਨ ਦੀ ਅਗਲੀ ਪੀੜ੍ਹੀ ਜਿਹੜੀ ਹੈ ਉਹ ਮਤਲਬ ਦਿਨ ਪ੍ਰਤੀ ਦਿਨ ਖੇਤੀ ਤੋਂ ਮੋਹ ਪੰਗ ਹੁੰਦਾ ਜਾ ਰਿਹਾ ਤਾਂ ਇਹਦੇ ਪਿੱਛੇ ਵੀ ਤਾਂ ਕੁਝ ਕਾਰਨ ਨੇ ਜੀ ਇਹਦੇ ਪਿੱਛੇ ਕਾਰਨ ਕੀ ਨੇ ਕਿਉਂਕਿ ਕਿਸਾਨ ਨੇ ਹਮੇਸ਼ਾ ਹੀ ਕਿਸਾਨੀ ਨੂੰ ਜਿਹੜਾ ਹੈਗਾ ਇੱਕ ਮਜਬੂਰੀ ਦੱਸਿਆ ਆਪਣੇ ਬੱਚਿਆਂ ਦੇ ਅੱਗੇ ਤਾਂ ਜਦੋਂ ਬੱਚਿਆਂ ਦੇ ਅੱਗੇ ਮਜਬੂਰੀ ਦੱਸਦਾ ਰਿਹਾ ਤਾਂ ਕਿਸਾਨ ਦਾ ਬੱਚਾ ਜਿਹੜਾ ਸੀਗਾ ਉਹ ਜਿਉਂ-ਜਿਉਂ ਵੱਡਾ ਹੁੰਦਾ ਗਿਆ ਤਾਂ ਉਹਨੂੰ ਇਹ ਲੱਗਿਆ ਕਿ ਕਿਸਾਨੀ ਤਾਂ ਸਾਡੀ ਮਜਬੂਰੀ ਬਣੀ ਹੋਈ ਹੈ ਔਰ ਕਿਤੇ ਨਾ ਕਿਤੇ ਉਹਦੇ ਪਰਿਵਾਰਕ ਹਾਲਤ ਜਿਹੜੀ ਆਰਥਿਕ ਹਾਲਤ ਸੀ ਜਾਂ ਉਹਨਾਂ ਦੀ ਪਰਿਵਾਰਕ ਹਾਲਤ ਸੀ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਬਿਆਨ ਵੀ ਕਰ ਰਹੀ ਹੁੰਦੀ ਸੀ ਮਹਿਸੂਸ ਵੀ ਕਰਵਾ ਰਹੀ ਸੀ ਸੋ ਇਸ ਕਰਕੇ ਫਿਰ ਗੱਲ ਇੱਥੋਂ ਤੱਕ ਚਲੀ ਗਈ ਕਿ ਜ਼ਮੀਨ ਨੂੰ ਮਾਂ ਕਹਿਣ ਵਾਲਾ ਠੀਕ ਹੈ ਉਹ ਜਿਹੜਾ ਕਿਸੇ ਵੇਲੇ ਮਤਲਬ ਇੱਕ ਓੜਾ ਵੇਚਣ ਲੱਗਿਆ ਸ਼ਰਮਾ ਮੰਦਾ ਹੁੰਦਾ ਸੀ ਠੀਕ ਹੈ ਉਹਦੇ ਹਰੇਕ ਤੀਜੀ ਵਟ ਤੇ ਬੋਰਡ ਲੱਗੇ ਪਏ ਐ ਇੱਥੇ 3 ਕਿੱਲੇ ਵਕਾਉ ਹੈ ਇੱਥੇ 5 ਕਿੱਲੇ ਵਕਾਉ ਹੈ ਸੋ ਸਾਨੂੰ ਇੱਥੋਂ ਤੱਕ ਵੀ ਤਾਂ ਅਸੀਂ ਗਏ ਨਾ ਸੋ ਅੱਜ ਵੀ ਸਮੇਂ ਮੈਂ ਸਮਝਦਾ ਵੀ ਇਹਦੀ ਲੋੜ ਹੈ ਇਹਦੀ ਬਹੁਤ ਵੱਡੀ ਲੋੜ ਹੈ ਕਿਸੇ ਦੀ ਕਿਹੜੀ ਜਥੇਬੰਦੀ ਹੈ ਇਹ ਛੋਟੀਆਂ ਗੱਲਾਂ ਹੈ ਕਿਸੇ ਦੀ ਕਿਹੜੀ ਪਾਰਟੀ ਹੈ ਇਹ ਛੋਟੀਆਂ ਗੱਲਾਂ ਹੈ ਕਿਹਦੀ ਸਰਕਾਰ ਹੈ ਇਹ ਛੋਟੀਆਂ ਗੱਲਾਂ ਹੈ ਸਭ ਤੋਂ ਅਹਿਮ ਜਿਹੜਾ ਹੈਗਾ ਉਹ ਇਹ ਹੈਗਾ ਕਿ ਦੁਨੀਆਂ ਦਾ ਇਹ ਇੱਕ ਰੰਗੀਨ ਖਿੱਤਾ ਜਿਹੜਾ ਹੈਗਾ ਇਹਦੀ ਰੰਗਿਨੀਅਤ ਬਹਾਲ ਰਹੇ ਇਹਦੇ ਉੱਤੇ ਮਤਲਬ ਹਰ ਤਰ੍ਹਾਂ ਦਾ ਮੌਸਮ ਹੈ ਜੀ ਹਰ ਤਰ੍ਹਾਂ ਦੀ ਪੈਦਾਵਾਰ ਹੈ ਉਹ ਪੈਦਾਵਾਰ ਕਿਸੇ ਇੱਥੇ ਰਹਿਣ ਵਾਲਿਆਂ ਨੇ ਤੇ ਕੱਲਿਆਂ ਨੇ ਖਾਣੀ ਨਹੀਂ ਉਹ ਤਾਂ ਇਨਸਾਨ ਵਾਸਤੇ ਪੈਦਾ ਹੁੰਦੀ ਹੈ ਪਸ਼ੂ ਪੰਛੀਆਂ ਵਾਸਤੇ ਹਰ ਇੱਕ ਚੀਜ਼ ਵਾਸਤੇ ਪੈਦਾ ਹੁੰਦੀ ਹੈ ਤਾਂ ਉਸ ਨੂੰ ਜਿਹਨੂੰ ਕੁਦਰਤ ਨੇ ਇੰਨੀ ਬਖਸ਼ਿਸ਼ ਕੀਤੀ ਹੋਈ ਹੈ ਉਹਨੂੰ ਅਸੀਂ ਕਿਹੜੀਆਂ ਸੋਚਾਂ ਦੇ ਵਿੱਚ ਪਾ ਕੇ ਕਿਹੜੀਆਂ ਸੀਮਤ ਤੇ ਸੰਕੀਰਣ ਸੋਚਾਂ ਦੇ ਵਿੱਚ ਪਾ ਕੇ ਅਸੀਂ ਕੀ ਕਰ ਰਹੇ ਹਾਂ ਉੱਥੇ ਜੇ ਕਿਤੇ ਪ੍ਰਮਾਤਮਾ ਸਾਰਿਆਂ ਨੂੰ ਇਹ ਮਤਬੁੱਧ ਬਖਸ਼ ਦੇਵੇ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਬਹੁਤ ਸੌਖਾ ਹੈ ਇੱਥੇ ਨਾ ਇੱਥੇ ਪਰਾਲੀ ਜਾਲਣ ਦੀਆਂ ਸਮੱਸਿਆਵਾਂ ਆ ਰਹਿਣ ਇੱਥੇ ਗ੍ਰੀਨਰੀ ਦੀ ਲੋੜ ਹੈ ਇੱਥੇ ਪੌਦਿਆਂ ਦੀ ਲੋੜ ਹੈ ਇੱਥੇ ਧਰਤੀ ਹੇਠਲਾ ਪਾਣੀ ਬਾਹਰ ਕੱਢ ਕੱਢ ਕੇ 500 ਫੁੱਟ ਥੱਲੇੋਂ ਪਾਣੀ ਲੈ ਕੇ ਅਸੀਂ ਬਾਹਰ ਕੱਢ ਰਹੇ ਹਾਂ ਉੱਤੇ ਫਸਲਾਂ ਨੂੰ ਦੇ ਰਹੇ ਹਾਂ ਉੱਪਰਲਾ ਗੰਦਲਾ ਕਰੀ ਜਾਨੇ ਸੋ ਇਹ ਸਾਰੀ ਕੀ ਕੀ ਇਹ ਕਿਸੇ ਇੱਕ ਰਾਜਨੀਤਿਕ ਇੱਕ ਪਾਰਟੀ ਦਾ ਜਾਂ ਕਿਸੇ ਇੱਕ ਵਿਸ਼ੇ ਵਰਗ ਦਾ ਮਤਲਬ ਇਹ ਦਾ ਕਸੂਰ ਹੈ ਜਾਂ ਉਹ ਜ਼ਿੰਮੇਵਾਰ ਹੈ ਇਹਾਂ ਇਹਦੇ ਚ ਅਸੀਂ ਸਾਰੇ ਮਤਲਬ ਭਾਗੀਦਾਰ ਤਾਂ ਸਾਨੂੰ ਇਹ ਜੀ ਸੋਚ ਉਭਾਰਨੀ ਚਾਹੀਦੀ ਹੈ ਮੈਨੂੰ ਇਹ ਲੱਗਦਾ ਹੈ ਕਿ ਜੇ ਜਿਹੜੇ ਹੁਣ ਹਾਲਾਤ ਬਣੇ ਹੋਏ ਨੇ ਕਿਉਂਕਿ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਚੱਲਣੀ ਸ਼ੁਰੂ ਹੋਈ ਪ੍ਰਦੂਸ਼ਣ ਦੇ ਉੱਤੇ ਗੱਲ ਚੱਲਦੀ ਹੈ ਠੀਕ ਹੈ ਕਿਸਾਨੀ ਦੇ ਉੱਤੇ ਗੱਲ ਚੱਲਦੀ ਹੈ ਜ਼ਮੀਨਾਂ ਦੀ ਵਿਕਰੀ ਦੇ ਉੱਤੇ ਗੱਲ ਚੱਲਦੀ ਹੈ ਜਦੋਂ ਗੱਲ ਚੱਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਹੱਲ-ਵੱਲ ਨੂੰ ਤੋਰਾ ਵੀ ਤੁਰ ਜਾਂਦਾ ਤਾਂ ਹੱਲ-ਵੱਲ ਨੂੰ ਮੈਨੂੰ ਲੱਗਦਾ ਹੈ ਕਿ ਤੋਰਾ ਤੋਰਾ ਤੁਰੇਗਾ ਇਹਨਾਂ ਨੂੰ ਸਾਰਿਆਂ ਨੂੰ ਜ਼ਿੰਮੇਵਾਰ ਲੋਕਾਂ ਨੂੰ ਮਤਲਬ ਜਿਹੜੀ ਹੈ ਇਸ ਗੱਲ ਦੀ ਸੋਝੀ ਆਊਗੀ ਅਸੀਂ ਕਿਸੇ ਚੰਗੇ ਮਤਲਬ ਭਵਿੱਖ ਦੀ ਕਾਮਨਾ ਕਰ ਸਕਦੇ ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਤੇ ਜਦੋਂ ਤੱਕ ਸਾਡਾ ਇਹ ਅੰਦੋਲਨ ਚੱਲਦਾ ਜਦੋਂ ਤੱਕ ਕਿਸਾਨਾਂ ਦੀਆਂ ਇਹ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਅਸੀਂ ਕਾਮਨਾ ਵੀ ਕਰਦੇ ਹਾਂ ਕਿ ਜਲਦ ਜਿਹੜੀ ਜਿੱਤ ਆ ਉਹ ਕਿਸਾਨਾਂ ਨੂੰ ਪ੍ਰਾਪਤ ਹੋਵੇ ਤੇ ਆਪਣੇ ਘਰਾਂ ਦੇ ਵਿੱਚ ਮੋੜਾਉਣ ਕਿਉਂਕਿ ਅਗਲੇ ਬਸੇ ਆ ਜਿਹੜਾ ਕੁਝ ਦਿਨਾਂ ਤੱਕ ਜਿਹੜਾ ਸੀਜ਼ਨ ਵੀ ਆਉਣ ਵਾਲਾ ਕਣਕ ਦਾ ਸੀਜ਼ਨ ਆਉਣ ਵਾਲਾ ਜਿਸਾ ਹੋਰ ਵੀ ਬਹੁਤ ਸਾਰੇ ਰਜ਼ੀਵੇਂ ਹੈਗੇ ਆ ਪਰ ਜਦੋਂ ਤੱਕ ਅੰਦੋਲਨ ਚੱਲਦਾ ਸੀ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਤੁਹਾਡੇ ਨਾਲ ਕਰਦੇ ਰਹੀਏ ਕਿਉਂਕਿ ਅਜੇ ਬਹੁਤ ਸਾਰੇ ਸਵਾਲ ਕੀਤੇ ਜਾ ਸਕਦੇ ਸੀ ਬਹੁਤ ਸਾਰੀਆਂ ਗੱਲਾਂ ਤੁਸੀਂ ਹੋਰ ਵੀ ਡਿਟੇਲ ਦੇ ਵਿੱਚ ਦੱਸ ਸਕਦੇ ਸੀ ਪਰ ਘੜੀ ਦੀਆਂ ਜਿਹੜੀਆਂ ਸੂਈਆਂ ਇਜਾਜ਼ਤ ਨਹੀਂ ਦਿੰਦੀਆਂ ਤੇ ਅਗਲੀ ਮੁਲਾਕਾਤ ਦੇ ਵਿੱਚ ਆਪਾਂ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਕਰਨ ਦਾ ਯਤਨ ਕਰਾਂਗੇ ਤੇ ਸੰਗਤ ਜੀ ਤੁਸੀਂ ਵੀ ਜਿਹੜੀਆਂ ਵਿਚਾਰਾਂ ਡਾਕਟਰ ਸਾਹਿਬ ਨੇ ਦੱਸੀਆਂ ਇਹਦੇ ਪ੍ਰਤੀ ਤੁਸੀਂ ਕੀ ਸੋਚਦੇ ਹੋ ਜੋ ਤੁਹਾਡੀਆਂ ਕੀ ਵਿਚਾਰਾਂ ਨੇ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਕਮੈਂਟ ਸਾਂਝੇ ਜ਼ਰੂਰ ਕਰਿਓ ਕਿਉਂਕਿ ਜਦੋਂ ਅਗਲੀ ਵਾਰ ਗੱਲਬਾਤ ਕਰੀਏ ਤਾਂ ਫਿਰ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਵੀ ਡਾਕਟਰ ਸਾਹਿਬ ਦੇ ਕੋਲੋਂ ਅਸੀਂ ਲੈਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਐਮਐਸਪੀ ਦੇ ਉੱਤੇ ਅੱਜ ਗੱਲ ਜ਼ਰੂਰ ਹੋ ਰਹੀ ਹੈ ਐਮਐਸਪੀ ਸਾਡੀ ਲੋਡ ਬਹੁਤ ਵੱਡੀ ਹੈਗੀ ਹੈ ਕਿਸਾਨ ਦੀ ਲੋਡ ਬਹੁਤ ਵੱਡੀ ਹੈਗੀ ਆ ਆਮ ਵਰਗ ਦੀ ਵੀ ਲੋਡ ਹੈਗੀ ਹੈ ਪਰ ਇਹਦੇ ਉੱਤੇ ਗੱਲ ਜਿਸ ਤਰੀਕੇ ਨਾਲ ਚੱਲ ਰਹੀ ਸੀ ਉਸ ਤਰੀਕੇ ਦੇ ਨਾਲ ਜਦੋਂ ਅਸੀਂ ਪਿੰਡਾਂ ਦੇ ਵਿੱਚ ਵੀ ਜ਼ਿਕਰ ਕਰਦੇ ਆ ਤੇ ਬਹੁਤ ਡੀਟੇਲ ਦੇ ਵਿੱਚ ਗੱਲ ਕਰਨ ਵਾਲੇ ਲੋਕ ਬਹੁਤ ਘੱਟ ਹੈਗੇ ਨੇ ਨਫੇ ਨੁਕਸਾਨ ਦਾ ਸਭ ਨੂੰ ਪਤਾ ਜੇਕਰ ਬਾਰਡਰ ਦੇ ਉੱਤੇ ਲੋਕ ਵਰਧੀਆਂ ਗੋਲੀਆਂ ਦੇ ਵਿੱਚ ਬੈਠੇ ਨੇ ਤਾਂ ਆਪਣੇ ਨਫੇ ਨੁਕਸਾਨ ਨੂੰ ਸੋਚ ਕੇ ਬੈਠੇ ਹੋਏ ਨੇ ਉਹ ਇਹਨਾਂ ਚੀਜ਼ਾਂ ਤੋਂ ਤੰਗ ਹੋ ਕੇ ਹੀ ਜਾ ਕੇ ਉੱਥੇ ਬੈਠੇ ਨੇ ਜਦੋਂ ਕਿਸਾਨ ਦੇ ਕੁਝ ਪੱਲੇ ਪਿਛਲੇ ਲੰਮੇ ਸਮੇਂ ਤੋਂ ਆਪਾਂ ਕਹਿ ਲਈਏ ਨਹੀਂ ਪਹਿ ਰਿਹਾ ਤਾਂ ਫਿਰ ਮਜਬੂਰੀ ਵਸ ਪੰਜਾਬ ਦਾ ਕਿਸਾਨ ਜਮ ਕੇਲਵੰਗ ਦੇਸ਼ ਦਾ ਅੰਦਾਤਾ ਜਿਹਨੂੰ ਕਿਹਾ ਜਾ ਰਿਹਾ ਮਜਬੂਰੀ ਵਸ ਅੱਜ ਸੜਕਾਂ ਦੇ ਉੱਤੇ ਦਿਨ ਕੱਟਣ ਦੇ ਲਈ ਮਜਬੂਰ ਹੋਇਆ ਤੁਸੀਂ ਆਪਣਾ ਵਿਚਾਰ ਸਾਂਝੇ ਕਰਦੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜਲਦ ਅਗਲੀ ਮੁਲਾਕਾਤ ਦੇ ਵਿੱਚ ਮੈਂ ਫੇਰ ਹਾਜ਼ਰ ਹੋਵਾਂਗਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ